ਪ੍ਰਾਈਮ ਏਸ਼ੀਆ ਟੀਵੀ ਦੇ ਸਿਰਤ ਪ੍ਰੋਗਰਾਮ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਪਿਆਰੇ ਦਰਸ਼ਕੋ, ਅੱਜ ਅਸੀਂ ਪੰਜਾਬ ਦੇ ਇੱਕ ਅਜ਼ੀਮ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਬਾਰੇ ਗੱਲਾਂ ਕਰਾਂਗੇ, ਜੋ ਪਿਛਲੀ ਦਿਨੀ ਹੈ ਤੋਂ ਸੀ ਹੋ ਗਿਆ। ਅਜਮੇਰ ਸਿੰਘ ਔਲਖ ਮੇਰੇ ਪਿਤਾ ਦਾ ਨਜ਼ਦੀਕੀ ਦੋਸਤ ਸੀ, ਸਾਡੀ ਪਰਿਵਾਰਕ ਸਾਂਝ ਸੀ ਉਹਨਾਂ ਨਾਲ। ਉਹਨੇ ਮੇਰੇ ਪਿਤਾ ਸਰਦਾਰ ਵਰਿਆਮ ਸਿੰਘ ਸੰਧੂ ਦੀਆਂ ਕਹਾਣੀਆਂ ਭੱਜੀਆਂ ਬਾਹੀਂ ਅਤੇ ਆਪਣਾ ਆਪਣਾ ਹਿੱਸਾ ਨੂੰ ਆਧਾਰ ਬਣਾ ਕੇ ਲਿਖੇ ਨਾਟਕਾਂ ਨੂੰ ਦੇਸ਼ ਵਿਦੇਸ਼ ਵਿੱਚ ਸੈਂਕੜੇ ਵਾਰ ਖੇਡਿਆ। ਅਤੇ ਇਸ ਪੱਖੋਂ ਅਜਮੇਰ ਸਿੰਘ ਔਲਖ ਮੇਰਾ ਆਪਣਾ ਤਾਂ ਹੈ ਹੀ ਸੀ, ਪਰ ਉਹ ਉਹਨਾਂ ਸਭਨਾਂ ਦਾ ਵੀ ਉਹਨਾਂ ਆਪਣਾ ਸੀ ਜਿਨ੍ਹਾਂ ਨੂੰ ਉਹਦੇ ਨਾਟਕਾਂ ਵਿੱਚ ਪਾਈ ਬਾਤ ਆਪਣੇ ਦਿਲ ਅਤੇ ਆਪਣੇ ਦੁੱਖ ਦੀ ਬਾਤ ਲੱਗਦੀ ਸੀ, ਜਿਨ੍ਹਾਂ ਨੂੰ ਉਹਦੇ ਬੋਲਾਂ ਵਿੱਚ ਆਪਣੇ ਰੋਹ ਰੰਜ ਅਤੇ ਪੀੜ ਦੀ ਆਵਾਜ਼ ਸੁਣਦੀ ਸੀ, ਜਿਨ੍ਹਾਂ ਨੂੰ ਉਹਦੇ ਪਾਤਰਾਂ ਵਿੱਚੋਂ ਆਪਣੇ ਭੈਣ ਭਰਾਵਾਂ, ਬਾਲ ਬੱਚਿਆਂ, ਪਿਓ ਪੁੱਤਾਂ ਅਤੇ ਮਾਵਾਂ ਧੀਆਂ ਦੇ ਨਕਸ਼ ਨਜ਼ਰ ਆਉਂਦੇ ਸੀ। ਅਜਮੇਰ ਸਿੰਘ ਔਲਖ ਇੱਕ ਵੱਡਾ ਲੇਖਕ ਸੀ, ਵੱਡਾ ਇਨਸਾਨ ਸੀ, ਵੱਡਾ ਯੋਧਾ ਸੀ, ਪਰ ਇਹ ਸਾਰੀ ਵਡਿਆਈ ਭੁੱਲ ਕੇ ਉਹ ਸਦਾ ਧਰਤੀ ਦੇ ਜੀਆਂ ਨਾਲ ਉਹਨਾਂ ਵਰਗਾ ਹੋ ਕੇ ਜੀਆ ਵਿਚਰਿਆ ਅਤੇ ਉਹਨਾਂ ਦੇ ਨਾਲ ਉਹਨਾਂ ਵਾਂਗ ਹੀ ਸਧਾਰਨ ਇਨਸਾਨ ਬਣ ਕੇ ਉਮਰ ਭਰ ਤੁਰਦਾ ਰਿਹਾ। ਉਮਰ ਭਰ ਉਹਨਾਂ ਲਈ ਲਿਖਦਾ ਰਿਹਾ, ਬੋਲਦਾ ਰਿਹਾ ਅਤੇ ਉਹਨਾਂ ਵਾਸਤੇ ਲੜਦਾ ਰਿਹਾ। ਜਦੋਂ ਕੁਦਰਤ ਨੇ ਉਹਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਆਪਣੇ ਕਹਿਰ ਦਾ ਨਿਸ਼ਾਨਾ ਬਣਾਇਆ ਤਾਂ ਉਹਦੇ ਉਹ ਸਾਰੇ ਮਿੱਤਰ ਪਿਆਰੇ, ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਦਲੇ ਮਲੇ ਲੋਕ ਜਿਨ੍ਹਾਂ ਦੀ ਪੀੜ ਵਿੱਚ ਉਹ ਸਦਾ ਹੂੰਗਦਾ ਰਿਹਾ ਸੀ, ਉਹਦੀ ਧਿਰ ਬਣ ਕੇ ਉਹਦੇ ਨਾਲ ਆਣ ਖੜੋਤੇ। ਆਪਣੇ ਲੋਕਾਂ ਕੋਲੋਂ ਅਜਿਹਾ ਮਾਣ ਸਤਿਕਾਰ ਅਤੇ ਅਜਿਹਾ ਡੁੱਲ ਡੁੱਲ ਪੈਂਦਾ ਪਿਆਰ ਕਿਸੇ ਲੇਖਕ ਨੂੰ ਅੱਜ ਤੱਕ ਭਲਾ ਕਿੱਥੇ ਮਿਲਣਾ ਸੀ। ਅੱਜ ਜਦੋਂ ਮਹਾਨ ਨਾਟਕਕਾਰ ਆਪਣਾ ਰੋਲ ਅਦਾ ਕਰਕੇ ਜੀਵਨ ਮੰਚ ਤੋਂ ਸਦਾ ਲਈ ਓਹਲੇ ਹੋ ਗਿਆ ਹੈ ਤਾਂ ਨਿਸ਼ਚੈ ਹੀ ਸਾਡੇ ਅੰਦਰ ਦਾ ਇੱਕ ਹੱਸਦਾ ਹਿੱਸਾ ਬੁੱਝ ਗਿਆ ਹੈ। ਪਰ ਇਹਦੇ ਨਾਲ ਇਹ ਵੀ ਇੱਕ ਖੂਬਸੂਰਤ ਸੱਚਾਈ ਹੈ ਕਿ ਦੇਸ਼ ਵਿਦੇਸ਼ ਵਿੱਚ ਉਹਦੇ ਦਰਸ਼ਕਾਂ ਦੀ ਲੱਖਾਂ ਦੀ ਪੀੜ ਅੱਖਾਂ ਵਿੱਚ ਅੱਥਰੂ ਲੈ ਕੇ, ਦਿਲ ਵਿੱਚ ਜੁਝਾਰੂ ਜਜ਼ਬਿਆਂ ਦਾ ਸੇਕ ਭਰ ਕੇ ਤਾੜੀਆਂ ਦੀ ਗੜਗੜਾਹਟ ਨਾਲ ਐਲਾਨ ਕਰ ਰਹੀ ਹੈ ਕਿ ਸਾਡੇ ਪਿਆਰੇ ਜਿਹੇ ਨਿੱਕੇ ਸੂਰਜ, ਅਸੀਂ ਤੇਰੀ ਰੋਸ਼ਨੀ ਨੂੰ ਬੁੱਝ ਨਹੀਂ ਦੇਵਾਂਗੇ, ਸਗੋਂ ਇਸ ਸੂਰਜ ਨੂੰ ਆਪਣੇ ਚਿੱਤ ਅਤੇ ਚੇਤਿਆਂ ਵਿੱਚ ਸਦਾ ਜਾਗਦਾ ਅਤੇ ਜਾਗਦਾ ਰੱਖਾਂਗੇ। ਤੇਰੀ ਕਹਿਣੀ, ਕਰਨੀ ਅਤੇ ਲੇਖਣੀ ਦਾ ਕਦੀ ਮਾਣ ਭੰਗ ਨਹੀਂ ਹੋਣ ਦੇਵਾਂਗੇ। ਸੋ ਦੋਸਤੋ, ਅੱਜ ਅਜਮੇਰ ਸਿੰਘ ਔਲਖ ਹੋਣਾ ਬਾਰੇ ਹੋਰ ਵੀ ਗੱਲਾਂ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਵੇਖਦੇ ਸੁਣਦੇ ਹਾਂ ਜੀ ਇਹ ਪਿਆਰਾ ਜਿਹਾ ਰੰਗ। ਪੰਜਾਬ ਦੇ ਵਿੱਚ ਪੇਂਡੂ ਰੰਗਮੰਚ ਨੇ ਆਪਣਾ ਬਹੁਤ ਹੀ ਮਾਣਯੋਗ ਸਥਾਨ ਹਾਸਲ ਕੀਤਾ ਹੋਇਆ ਹੈ। ਇਹਦਾ ਸਭ ਤੋਂ ਮੁੱਖ ਸਿਹਰਾ ਤਾਂ ਜਾਂਦਾ ਗੁਰਸ਼ਰਨ ਸਿੰਘ ਜੀ ਨੂੰ, ਪਰ ਗੁਰਸ਼ਰਨ ਸਿੰਘ ਤੋਂ ਬਾਅਦ ਪ੍ਰੋਫੈਸਰ ਅਜਮੇਰ ਔਲਖ ਨੇ ਪੇਂਡੂ ਰੰਗਮੰਚ ਨੂੰ ਇਕੱਲੀ ਨਵੀਂ ਦਿਸ਼ਾ ਹੀ ਨਹੀਂ ਦਿੱਤੀ, ਉਸਦੀ ਦਸ਼ਾ ਵੀ ਬਹੁਤ ਸੁਧਾਰੀ ਹੈ ਔਰ ਉਸ ਦੇ ਨਾਟਕਾਂ ਵਿੱਚ ਇੰਨੇ ਪੰਜਾਬ ਦੇ ਜਿਹੜੇ ਦਰਸ਼ਕ ਨੇ ਜਾਂ ਖਾਸ ਕਰਕੇ ਪੇਂਡੂ ਦਰਸ਼ਕ ਨੇ ਇੰਨੀ ਦਿਲਚਸਪੀ ਰੱਖਦੇ ਨੇ ਜਾਂ ਇੰਨੀ ਦਿਲਚਸਪੀ ਨਾਲ ਦੇਖਦੇ ਨੇ, ਉਹ ਕਿਸੇ ਵੀ ਹੋਰ ਨਾਟਕਕਾਰ ਨੂੰ ਉਸ ਤਰ੍ਹਾਂ ਦਾ ਮਾਣ ਸਤਿਕਾਰ ਨਹੀਂ ਮਿਲਿਆ ਜਿੰਨਾ ਅਜਮੇਰ ਔਲਖ ਨੂੰ ਪੇਂਡੂ ਰੰਗਮੰਚ ਵਿੱਚ। ਅਜਮੇਰ ਔਲਖ ਦਾ ਪਹਿਲਾ ਨਾਟਕ ਬਗਾਨੇ ਬੋਰਡ ਦੀ ਛਾਂ ਮੈਂ ਕਲਕੱਤੇ ਵੇਖਿਆ ਸੀ। ਉਦੋਂ ਮੈਂ ਕਲਕੱਤੇ ਸੀ, ਆਪਣਾ ਟਰਾਂਸਪੋਰਟ ਦਾ ਕਾਰੋਬਾਰ ਸੀ ਔਰ ਮੈਂ ਹੈਰਾਨ ਸੀ ਵੀ ਇਸ ਤਰ੍ਹਾਂ ਦੀ ਪੇਂਡੂ ਸ਼ਬਦਾਵਲੀ ਔਰ ਇਸ ਤਰ੍ਹਾਂ ਦੇ ਪੇਂਡੂ ਜਿਹੜੇ ਪਾਤਰਾਂ ਨੂੰ ਲੈ ਕੇ ਉਸਨੇ ਆਪਣੀ ਗੱਲ ਕਹੀ ਹੈ ਔਰ ਕਲਕੱਤੇ ਦੇ ਜਿੰਨੇ ਪੰਜਾਬੀ ਲੋਕ ਸੀ ਉਹਨਾਂ ਨੇ ਇੰਨਾ ਪਸੰਦ ਕੀਤਾ ਨਾਟਕ ਉਹ, ਔਰ ਮੇਰੇ ਮਨ ਵਿੱਚ ਵੀ ਨਾ ਇੱਕ ਇਹ ਹੋ ਗਿਆ ਵੀ ਇਸ ਤਰ੍ਹਾਂ ਜੇ ਕੰਮ ਕਰਨਾ ਤਾਂ ਬੇਸ਼ੱਕ ਮੈਂ ਉੱਥੇ ਰੰਗਮੰਚ ਕਲਕੱਤਾ ਵੀ ਬਣਾਇਆ ਹੋਇਆ ਸੀਗਾ, ਪਰ ਮੈਨੂੰ ਲੱਗਦਾ ਸੀ ਵੀ ਅਸੀਂ ਉਸ ਤਰ੍ਹਾਂ ਜਿਸ ਤਰ੍ਹਾਂ ਅਜਮੇਰ ਔਲਖ ਲੋਕਾਂ ਦੇ ਦਿਲ ਦੀ ਗੱਲ ਕਰਦਾ ਔਰ ਲੋਕਾਂ ਦੇ ਬਿਲਕੁਲ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਇੰਨਾ ਨੇੜੇ ਹੋ ਕੇ ਦੇਖਦਾ, ਉਹ ਉਸ ਤਰ੍ਹਾਂ ਦੂਸਰੇ ਨਾਟਕਕਾਰ ਜਿਹੜੇ ਹੈ ਪੰਜਾਬ ਦੇ ਉਹ ਨਹੀਂ ਦੇਖਦੇ। ਤਾਂ ਉੱਥੇ ਉਸ ਤੋਂ ਪ੍ਰਭਾਵਿਤ ਹੋ ਕੇ ਅਸੀਂ ਵੀ ਨਾਟਕ ਉੱਥੇ ਜਾਗੋ ਆਈਆ ਖੇਡਿਆ। ਫਿਰ ਵਾਪਸ ਇੱਥੇ ਪੰਜਾਬ 'ਚ ਜਦੋਂ ਮੈਂ ਆਇਆ ਤਾਂ ਅਜਮੇਰ ਔਲਖ ਨਾਲ ਮਿਲਣ ਦਾ ਮੌਕਾ ਵੀ ਮਿਲਿਆ ਔਰ ਉਸਦੇ ਨਾਟਕਾਂ ਦੀ ਇੰਨੀ ਪ੍ਰਸ਼ੰਸਾ ਸੁਣੀ ਔਰ ਇੰਨਾ ਵੱਡਾ ਨਾਂ ਸੀ ਉਸਦਾ ਨਾਟਕ ਦੇ ਵਿੱਚ ਪਿੰਡਾਂ ਦੇ ਵਿੱਚ ਖਾਸ ਕਰਕੇ, ਅਤੇ ਮੇਰਾ ਖਿਆਲ ਹੈ ਵੀ ਜਿਹੜਾ ਯੂਨੀਵਰਸਿਟੀਆਂ ਦੇ ਨਾਟਕਕਾਰ ਸੀ ਜਾਂ ਦੂਸਰੇ ਨਾਟਕਕਾਰ ਸੀ ਜਾਂ ਜਿਹੜੇ ਮੈਂ ਇਹ ਵੀ ਸਭ ਕਹਿੰਦਾ ਵੀ ਜਿਹੜੇ NSD ਤੋਂ ਵੀ ਟ੍ਰੇਨਿੰਗ ਲੈ ਕੇ ਆਏ ਨਾਟਕਕਾਰ ਸੀਗੇ ਉਹਨਾਂ ਦਾ ਵੀ ਉਸ ਤਰ੍ਹਾਂ ਮਾਣ ਇੱਜ਼ਤ ਨਾਲ ਨਾਂ ਨਹੀਂ ਸੀ ਲਿਆ ਜਾਂਦਾ ਜਿਸ ਤਰ੍ਹਾਂ ਅਜਮੇਰ ਔਲਖ ਨੂੰ
ਪਿੰਡਾਂ ਦੇ ਦਰਸ਼ਕਾਂ ਨੇ, ਖਾਸ ਕਰਕੇ ਪੇਂਡੂ ਦਰਸ਼ਕਾਂ ਨੇ ਜਿਹੜਾ ਉਹਨੂੰ ਸਵੀਕਾਰ ਕੀਤਾ ਸੀਗਾ। ਤਾਂ ਬਹੁਤ ਨਾਂ ਨੇ ਉਹਨਾਂ ਨਾਟਕਾਂ ਦੇ, ਜੇ ਮੈਂ ਤੁਹਾਨੂੰ ਗਿਣ ਲੱਗਾ, ਜਾਂ ਬਗਾਨੇ ਬੋਰਡ ਦੀ ਛਾਂ ਹੈ, ਅਰਬਤ ਨਰਬਤ ਧੁੰਦੂਕਾਰਾ ਹੈ, ਜਾਂ ਅੰਨੇ ਨਿਸ਼ਾਨ ਚੀ ਨੇ, ਤਾਂ ਇਸ ਕਰਕੇ ਇਸ ਤਰ੍ਹਾਂ ਜਾਗਾਨੀ ਨਾਟਕ ਹੈ ਤਾਂ ਪੂਰੇ ਨਾਟਕ ਵੀ ਉਸਨੇ ਲਿਖੇ। ਇਸ ਦੇ ਨਾਲ ਨਾਲ ਵੀ ਭਾਵੇਂ ਛੋਟੇ ਲਘੂ ਨਾਟਕ ਸੀਗੇ, ਪੂਰੇ ਨਾਟਕ ਵੀ ਲਿਖੇ। ਭੱਜੀਆਂ ਬਾਹੀਂ ਉਸਨੇ ਵਰਿਆਮ ਸੰਧੂ ਦੀ ਕਹਾਣੀ 'ਤੇ ਨਾਟਕ ਬਣਾਇਆ ਪੂਰਾ। ਮੇਰੇ ਆਪਣੇ ਨਾਵਲ ਅੰਨ ਦਾਦਾ ਦੇ ਉੱਤੇ ਸੂਹੇ ਸੂਰਜਾਂ ਦੀ ਮੁਸਕਾਨ, ਉਹ ਉਹਨਾਂ ਨੇ ਨਾਟਕ ਲਿਖਿਆ। ਇਹ ਆਪਣੇ ਆਪ 'ਚ ਵੱਡੀ ਚੁਣੌਤੀ ਸੀ, ਔਰ ਇੱਕ ਇਹ ਵੀ ਸੀ ਵੀ ਜਿੱਥੇ ਅਸੀਂ ਇਹ ਸੋਚਦੇ ਹਾਂ ਜਾਂ ਜਿੱਥੇ ਸਾਡੇ ਯੂਨੀਵਰਸਿਟੀਆਂ ਦੇ ਚਿੰਤਕ ਇਹ ਸੋਚਦੇ ਨੇ ਵੀ ਪੰਜਾਬੀ ਵਿੱਚ ਨਾਟਕਾਂ ਦੀਆਂ ਸਕ੍ਰਿਪਟਾਂ ਸਾਡੇ ਕੋਲ ਨਹੀਂ, ਤਾਂ ਅਜਮੇਰ ਔਲਖ ਨੇ ਇਸ ਪਾਸੇ ਵੀ ਕੰਮ ਕੀਤਾ ਵੀ ਉਸਨੇ ਕਹਾਣੀਆਂ ਤੋਂ, ਨਾਵਲਾਂ ਤੋਂ ਨਾਟਕ ਬਣਾ ਕੇ ਖੇਡੇ ਗਏ ਨੇ ਉਸਨੇ, ਔਰ ਬਹੁਤ ਅੱਛੇ ਤਰ੍ਹਾਂ ਖੇਡੇ ਨੇ। ਨਿਉ ਜਾੜੋ ਦਾ ਨਾਟਕ ਹੁਣ ਬਹੁਤ ਚਰਚਾ 'ਚ ਹੋਇਆ, ਤਾਂ ਇਸ ਤਰ੍ਹਾਂ ਅਜਮੇਰ ਔਲਖ ਦਾ ਜਿਹੜਾ ਨਾਂ ਹੈ ਖਾਸ ਕਰਕੇ ਰੰਗਮੰਚ ਦੇ ਖੇਤਰ ਵਿੱਚ, ਔਰ ਬਹੁਤ ਵੱਡਾ ਨਾਂ ਹੈ, ਔਰ ਪੂਰੇ ਪੰਜਾਬ ਦੇ ਲੋਕਾਂ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ। ਮੇਰਾ ਖਿਆਲ ਹੈ ਵੀ ਜ਼ਿੰਦਗੀ ਵਿੱਚ ਕਿਸੇ ਵੀ ਵੱਡੇ ਸਰਕਾਰੀ ਜਾਂ ਕਿਸੇ ਵੀ ਕੌਮਾਂਤਰੀ ਸਨਮਾਨ ਨਾਲੋਂ ਵੀ ਜਿਹੜਾ ਇਹ ਸਨਮਾਨ ਜਿਹੜਾ ਦਿੱਤਾ ਜਾਣਾ ਹੈ ਅਜਮੇਰ ਔਲਖ ਨੂੰ 1 ਮਾਰਚ ਨੂੰ, ਇਹ ਜਿਹੜਾ ਲੋਕਾਂ ਵੱਲੋਂ ਜਿਹੜਾ ਸਨਮਾਨ ਹੈ, ਇਸ ਤੋਂ ਵੱਡਾ ਹੋਰ ਕੋਈ ਸਨਮਾਨ ਨਹੀਂ ਹੋ ਸਕਦਾ। ਪਿਆਰੇ ਦਰਸ਼ਕੋ, ਅੱਜ ਅਸੀਂ ਪੰਜਾਬੀ ਜ਼ੁਬਾਨ ਦੇ ਸੂਰਮੇ ਲੇਖਕ ਪ੍ਰੋਫੈਸਰ ਅਜਮੇਰ ਸਿੰਘ ਔਲਖ ਬਾਰੇ ਗੱਲਬਾਤ ਕਰ ਰਹੇ ਹਾਂ। ਔਲਖ ਨੀਮਨ ਕਿਸਾਨੀ ਦਾ ਯੋਧਾ ਨਾਟਕਕਾਰ ਸੀ, ਉਸ ਦੇ 3 ਦਰਜਨ ਤੋਂ ਵੱਧ ਨਾਟਕਾਂ ਦੀਆਂ ਹਜ਼ਾਰਾਂ ਪੇਸ਼ਕਾਰੀਆਂ ਹੋਈਆਂ ਜਿਨ੍ਹਾਂ ਨੂੰ ਲੱਖਾਂ ਲੋਕਾਂ ਨੇ ਵੇਖਿਆ। 2015 ਵਿੱਚ ਹਜ਼ਾਰਾਂ ਲੋਕਾਂ ਦੇ ਇਕੱਠ ਨੇ ਉਹਦਾ ਲੋਕ ਸਨਮਾਨ ਕੀਤਾ ਸੀ। ਉਸ ਨੂੰ ਭਾਰਤੀ ਸਾਹਿਤ ਅਕੈਡਮੀ ਅਵਾਰਡ, ਭਾਰਤੀ ਸੰਗੀਤ ਅਤੇ ਨਾਟਕ ਅਕੈਡਮੀ ਅਵਾਰਡ, ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਨਾਟਕਕਾਰ ਅਵਾਰਡ, ਪੰਜਾਬੀ ਸਾਹਿਤ ਅਕੈਡਮੀ ਦਾ ਕਰਤਾਰ ਸਿੰਘ ਧਾਲੀਵਾਲ ਅਵਾਰਡ, ਇੰਟਰਨੈਸ਼ਨਲ ਪਾਸ਼ ਮੈਮੋਰੀਅਲ ਅਵਾਰਡ ਅਤੇ ਹੋਰ ਪਤਾ ਨਹੀਂ ਕਿੰਨੇ ਅਨੇਕਾਂ ਮਾਨ ਸਨਮਾਨ ਮਿਲੇ ਸੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਸਨੂੰ ਡੀ ਲਿਟ ਦੀ ਆਨਰੇਰੀ ਡਿਗਰੀ ਦੇ ਕੇ ਸਨਮਾਨਿਆ, ਪਰ ਉਹ ਇਹਨਾਂ ਮਾਨਾਂ ਸਨਮਾਨਾਂ ਤੋਂ ਕਿਤੇ ਉੱਤੇ ਸੀ। ਅਸਹਿਣਸ਼ੀਲਤਾ ਦੇ ਮੁੱਦੇ ਉੱਤੇ ਉਸਨੇ ਭਾਰਤੀ ਸਾਹਿਤ ਅਕਾਡਮੀ ਦਾ ਇਨਾਮ ਮੋੜ ਵੀ ਦਿੱਤਾ ਸੀ। ਉਸ ਦੇ ਨਾਟਕ ਪੰਜਾਬ ਅਤੇ ਹਰਿਆਣੇ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਤੋਂ ਲੈ ਕੇ ਚੰਡੀਗੜ੍ਹ, ਦਿੱਲੀ, ਕੋਲਕਾਤਾ, ਮੁੰਬਈ ਅਤੇ ਅਮਰੀਕਾ, ਕੈਨੇਡਾ, ਇੰਗਲੈਂਡ ਤੱਕ ਖੇਡੇ ਗਏ ਅਤੇ ਯੂਨੀਵਰਸਿਟੀਆਂ ਅਤੇ ਸਿੱਖਿਆ ਬੋਰਡਾਂ ਦੀਆਂ ਪਾਠ ਪੁਸਤਕਾਂ ਵਿੱਚ ਪੜ੍ਹਾਏ ਜਾਂਦੇ ਰਹੇ। ਉਹਨਾਂ ਬਾਰੇ ਅਨੇਕਾਂ ਖੋਜ ਲੇਖ ਅਤੇ ਖੋਜ ਪ੍ਰਬੰਧ ਲਿਖੇ ਗਏ। ਉਹ ਨਾਟਕ ਅਤੇ ਰੰਗਮੰਚ ਦਾ ਇੱਕ ਤੁਰਦਾ ਫਿਰਦਾ ਇਨਸਾਈਕਲੋਪੀਡੀਆ ਸੀ। ਪ੍ਰੋਫੈਸਰ ਅਜਮੇਰ ਸਿੰਘ ਔਲਖ ਦਾ ਜਨਮ 19 ਅਗਸਤ 1942 ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਕੁੰਬੜਵਾਲ ਵਿੱਚ ਪਿਤਾ ਕੌਰ ਸਿੰਘ ਦੇ ਘਰ ਅਤੇ ਮਾਤਾ ਹਰਨਾਮ ਕੌਰ ਦੀ ਕੁੱਖੋਂ ਹੋਇਆ। ਕੁੰਬੜਵਾਲ ਉਦੋਂ ਇੱਕ ਰਿਆਸਤੀ ਪਿੰਡ ਸੀ ਅਤੇ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ। ਉੱਤੋਂ ਦੂਜੀ ਸੰਸਾਰ ਜੰਗ ਲੱਗੀ ਹੋਈ ਸੀ, ਕਿਸਾਨੀ ਦਾ ਬੁਰਾ ਹਾਲ ਸੀ। ਉਹਦਾ ਬਾਬਾ ਹਰਨਾਮ ਸਿੰਘ 1944-45 ਵਿੱਚ ਪਰਿਵਾਰ ਸਮੇਤ ਕੁੰਬੜਵਾਲ ਤੋਂ ਉੱਠ ਕੇ ਭੀਖੀ ਨੇੜੇ ਪਿੰਡ ਕਿਸ਼ਨਗੜ੍ਹ ਫਰਵਾਹੀ ਜਾ ਬੈਠਾ ਸੀ। ਅਜਮੇਰ ਸਿੰਘ ਕਿਸ਼ਨਗੜ੍ਹ ਫਰਵਾਹੀ ਤੋਂ 4 ਜਮਾਤਾਂ, ਭੀਖੀ ਤੋਂ 10 ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ MA ਕਰਕੇ 1965 ਤੋਂ 2000 ਤੱਕ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿੱਚ ਪੰਜਾਬੀ ਦਾ ਲੈਕਚਰਾਰ ਰਿਹਾ ਅਤੇ ਉੱਥੇ ਹੀ ਆਪਣਾ ਘਰ ਪਾ ਲਿਆ। ਉੱਥੇ ਹੀ ਉਹ ਨਾਟਕਕਾਰ, ਪ੍ਰੋਡਿਊਸਰ, ਡਾਇਰੈਕਟਰ ਅਤੇ ਅਦਾਕਾਰ ਬਣਿਆ ਅਤੇ ਆਪਣੀ ਪਤਨੀ ਮਨਜੀਤ ਕੌਰ ਅਤੇ 3 ਧੀਆਂ ਨੂੰ ਅਦਾਕਾਰ ਬਣਾਇਆ। ਉੱਥੇ ਹੀ ਉਸਨੇ 1976 ਵਿੱਚ ਲੋਕ ਕਲਾ ਮੰਚ ਦੀ ਸਥਾਪਨਾ ਕੀਤੀ। ਘਰ ਤੋਂ ਬਿਨਾਂ ਉਹਦੀ ਕੋਈ ਜ਼ਮੀਨ ਜਾਇਦਾਦ ਨਹੀਂ ਸੀ। ਨਿਮਨ ਕਿਸਾਨੀ ਦਾ ਦੁੱਖ ਦਰਦ ਉਸਨੇ ਆਪਣੇ ਹੱਡੀ ਹੰਡਾਇਆ ਸੀ। ਸੋ ਦੋਸਤੋ, ਅਜਮੇਰ ਸਿੰਘ ਔਲਖ ਹੋਣਾ ਦੇ ਜੀਵਨ ਸਫ਼ਰ ਬਾਰੇ ਅੱਗੇ ਹੋਰ ਵੀ ਗੱਲਾਂ ਕਰਦੇ ਹਾਂ, ਪਰ ਪਹਿਲਾਂ ਰੁਕਦੇ ਹਾਂ ਇੱਕ ਛੋਟੇ ਜਿਹੇ ਵਕਫੇ ਲਈ। ਔਲਖ ਸਾਹਿਬ, ਪਹਿਲਾਂ ਤੁਸੀਂ ਕਵਿਤਾ ਲਿਖੀ, ਸਟੇਜਾਂ 'ਤੇ ਗਾਈ ਵੀ, ਇਹ ਤੁਹਾਡਾ ਸ਼ੁਰੂਆਤੀ ਦੌਰ ਸੀ, ਪਰ ਨਾਟਕ ਵੱਲ ਆਉਣ ਦੇ ਕੀ ਕਾਰਨ ਸਰ, ਇਸ ਬਾਰੇ ਤੁਹਾਨੂੰ ਦੱਸੂਗਾ। ਇਹ ਠੀਕ ਹੈ ਬਿਲਕੁਲ ਕਿ ਮੈਂ ਪਹਿਲਾਂ ਕਵਿਤਾ ਵੀ ਲਿਖੀ, ਕੁਝ ਕਹਾਣੀਆਂ ਵੀ ਲਿਖੀਆਂ ਜਿਹੜੀਆਂ ਮੈਗਜ਼ੀਨ ਦੇ ਵਿੱਚ ਛਪੀਆਂ। ਇੱਕ 10ਵੀਂ ਪਾਸ ਕਰਨ ਬਾਅਦ ਜਦੋਂ 10ਵੀਂ ਦਾ ਇਮਤਿਹਾਨ ਦਿੱਤਾ ਅਤੇ ਉਸ ਵਕਤ ਮੈਂ ਇੱਕ ਨਾਵਲ ਵੀ ਲਿਖਿਆ ਜੀ। ਲੇਕਿਨ ਪਹਿਲਾਂ ਤਾਂ ਮੇਰੇ ਦਿਮਾਗ 'ਚ ਇਹੀ ਸੀ ਜੇ ਜਿਸ ਤਰ੍ਹਾਂ ਹੁੰਦਾ ਕਿ ਮੈਂ ਸ਼ਾਇਦ ਨਾਵਲ ਲਿਖਾਂ ਜਾਂ ਕਵਿਤਾ ਲਿਖਣ ਲੱਗਿਆ, ਨਾਟਕਾਂ ਬਾਰੇ ਮੈਂ ਕਦੇ ਨਹੀਂ ਸੀ ਸੋਚਿਆ।
ਇਹ ਤੇ 1969-70 ਦੇ ਵਿੱਚ ਜਦੋਂ ਮੈਂ ਨਹਿਰੂ ਮੈਮੋਰੀਅਲ ਕਾਲਜ ਮਾਨਸਾ 'ਚ ਮੈਨੂੰ ਐਜ਼ ਏ ਲੈਕਚਰਰ ਨੌਕਰੀ ਕਰ ਰਿਹਾ ਸੀਗਾ 1965 ਦੇ ਵਿੱਚ ਮੈਨੂੰ ਨੌਕਰੀ ਮਿਲੀ ਲੇਕਿਨ 70 ਦੇ ਵਿੱਚ ਮੈਨੂੰ ਕਾਲਜ ਦੇ ਵਿੱਚ ਮੇਰੀ ਪ੍ਰਿੰਸੀਪਲ ਨੇ ਇਹ ਜਿਹੜੀ ਐਕਸਟਰਾ ਪਿਊਰਲ ਐਕਟੀਵਿਟੀਜ਼ ਨੇ ਸੱਭਿਆਚਾਰਕ ਸਰਗਰਮੀਆਂ ਨੇ ਉਹਨਾਂ ਦਾ ਡੀਨ ਬਣਾ ਦਿੱਤਾ ਡੀਨ ਦਾ ਮਤਲਬ ਸਮੁੱਚੇ ਤੌਰ 'ਤੇ ਸਾਰਿਆਂ ਦਾ ਇੰਚਾਰਜ ਬਣਾ ਦਿੱਤਾ ਤਾਂ ਉਸ ਵਕਤ ਸਾਡੇ ਕਾਲਜ 'ਚ ਆਏ ਸਾਰ ਇੱਕ ਫੰਕਸ਼ਨ ਵੀ ਵੱਡਾ ਹੋਇਆ ਕਰਦਾ ਸੀ ਤਾਂ ਉਹ ਵੱਖ ਵੱਖ ਬੱਚਿਆਂ ਨੂੰ ਆਈਟਮਾਂ ਤਿਆਰ ਕਰਵਾਉਂਦਾ ਕਈ ਬੱਚੇ ਆਪ ਲਿਖ ਲਿਆਉਂਦੇ ਉਹਨਾਂ ਦੀ ਸੋਧ ਕਰ ਦਿੰਦਾ ਕਈ ਉਹਨਾਂ ਨੂੰ ਲਿਖ ਕੇ ਦਿੰਦਾ ਕਵਿਤਾ ਵੀ ਕਹਿਣਾ ਵੀ ਆਹ ਕਵਿਤਾ ਪੜ੍ਹੋ ਜਾਂ ਡੈਕਲੇਮੇਸ਼ਨ ਕੰਟੈਸਟ ਭਾਸ਼ਣ ਇਸ ਤਰ੍ਹਾਂ ਵੱਖ ਵੱਖ ਆਈਟਮਾਂ ਬੱਚੇ ਬੱਚੀਆਂ ਨੂੰ ਤਿਆਰ ਕਰਵਾਉਂਦਾ ਸੀ ਵਿੱਚ ਉਹਦੇ ਐਕਟਿੰਗ ਦੀਆਂ ਆਈਟਮਾਂ ਵੀ ਹੁੰਦੀਆਂ ਨਾਟਕੀ ਕਿਸਮ ਦੀਆਂ ਆਈਟਮਾਂ ਵੀ ਹੋਇਆ ਕਰਦੀਆਂ ਤਾਂ ਉਹ ਜਦੋਂ ਫਿਰ ਮੈਂ ਸਾਡੇ ਆਏ ਸਾਲ ਜਦੋਂ ਫੰਕਸ਼ਨ ਹੁੰਦਾ ਤਾਂ ਫਿਰ ਮੈਂ ਉਹ ਫੰਕਸ਼ਨ ਦੇ ਦੌਰਾਨ ਦੇਖਦਾ ਵੀ ਮੇਰੇ ਰਾਹੀਂ ਜਿਹੜੀ ਆਈਟਮ ਤਿਆਰ ਕਰਾਈ ਗਈ ਹੈ ਕਿਤੇ ਕਿਸੇ ਬੱਚੇ ਨੂੰ ਕਿਸੇ ਗਰੁੱਪ ਨੂੰ ਜਾਂ ਕਿਸੇ ਬੱਚੇ ਨੂੰ ਵੀ ਉਹ ਵਧੀਆ ਰਿਸਪੋਂਸ ਦਰਸ਼ਕਾਂ ਵੱਲੋਂ ਕਿਹਨੂੰ ਮਿਲਦਾ ਉਹ ਹੌਲੀ ਹੌਲੀ ਮੈਨੂੰ ਐਂ ਲੱਗਿਆ ਮੈਂ ਜਿਹੜੀ ਐਕਟਿੰਗ ਦੀਆਂ ਆਈਟਮਾਂ ਤਿਆਰ ਕਰਾਉਣਾ ਚਾਹੇ ਮੋਨੋ ਐਕਟਿੰਗ ਕਰਾਵਾਂ ਚਾਹੇ ਸਕਿੱਟ ਕਰਾਵਾਂ ਚਾਹੇ ਕੋਈ ਨੋਟ ਛੋਟਾ ਨਾਟਕ ਕਰਾਵਾਂ ਉਹਨੂੰ ਜ਼ਿਆਦਾ ਰਿਸਪੋਂਸ ਵਧੀਆ ਹੰਗਾਰਾ ਦਰਸ਼ਕਾਂ ਵੱਲੋਂ ਮਿਲਦਾ ਹੈ ਸੋ ਇਸ ਕਰਕੇ ਹੌਲੀ ਹੌਲੀ ਇਹ ਹੋਇਆ ਕਿ ਫਿਰ ਕਾਲਜ ਦੀ ਆਈਟਮ ਮੈਂ ਨਾਟਕ ਤਿਆਰ ਕਰਵਾਉਣੇ ਜਿਹੜੇ ਪਹਿਲੇ 2-3 ਨਾਟਕ ਮੈਂ ਤਿਆਰ ਕਰਵਾਏ ਆਪਦੇ ਕਾਲਜ ਦੇ ਬੱਚਿਆਂ ਵਾਸਤੇ ਉਹ ਯੂਥ ਫੈਸਟੀਵਲ 'ਚੋਂ ਫਸਟ ਜਾਂ ਸੈਕਿੰਡ ਆ ਗਏ ਪੁਜੀਸ਼ਨਾਂ ਮਿਲਣ ਲੱਗੀਆਂ ਜਾਂ ਇੰਟਰ ਕਾਲਜ ਉਹਨਾਂ ਦਿਨਾਂ ਦੇ ਵਿੱਚ ਕੰਪੀਟੀਸ਼ਨ ਹੋਇਆ ਕਰਦੇ ਸਨ ਉੱਥੇ ਨਾਟਕਾਂ ਜਾਂ ਉਹਨਾਂ ਨੂੰ ਸਕਿੱਟ ਨੂੰ ਕਿਸੇ ਨੂੰ ਨਾਮ ਮਿਲ ਗਿਆ ਕਿਸੇ ਬੱਚੇ ਨੂੰ ਬੈਸਟ ਐਕਟਰ ਐਕਟਰੈਸ ਦਾ ਨਾਮ ਮਿਲ ਗਿਆ ਉੱਥੋਂ ਵੀ ਮੈਨੂੰ ਬੜੀ ਹੌਸਲਾ ਅਫਜਾਈ ਮਿਲੀ ਇਸ ਛੋਟੇ ਜਿਹੇ ਵਕਫੇ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਔਰ ਅੱਜ ਅਸੀਂ ਪੰਜਾਬੀ ਦੇ ਬਹੁਤ ਹੀ ਸਮਰੱਥ ਅਤੇ ਸਤਿਕਾਰੇ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਬਾਰੇ ਗੱਲਬਾਤ ਕਰ ਰਹੇ ਹਾਂ ਪਿਆਰੇ ਦਰਸ਼ਕੋ ਪੰਜਾਬੀ ਸਾਹਿਤ ਅਤੇ ਨਾਟਕ ਨਾਲ ਲਗਾਓ ਰੱਖਣ ਵਾਲੇ ਸਾਰੇ ਦਰਸ਼ਕ ਜਾਣਦੇ ਨੇ ਕਿ ਉਹ 2008 ਤੋਂ ਨਾ ਮੁਰਾਦ ਬਿਮਾਰੀ ਕੈਂਸਰ ਵਿਰੁੱਧ ਜੂਝਦਾ ਆ ਰਿਹਾ ਸੀ ਕਦੇ ਮਾਨਸਾ ਕਦੇ ਦਿੱਲੀ ਕਦੇ ਫਰੀਦਕੋਟ ਅਤੇ ਕਦੇ ਫੋਰਟਿਸ ਹਸਪਤਾਲ ਮੋਹਾਲੀ ਵਿੱਚ ਉਹਦਾ ਇਲਾਜ ਹੁੰਦਾ ਰਿਹਾ ਮਹਿੰਗੇ ਇਲਾਜ 'ਤੇ ਲੱਖਾਂ ਰੁਪਏ ਲੱਗੇ ਜਿਸ ਵਿੱਚ ਸੰਗੀਆਂ ਸਾਥੀਆਂ ਅਤੇ ਸਰਕਾਰ ਨੇ ਪਰਿਵਾਰ ਦੀ ਬਣਦੀ ਸਰਦੀ ਮਾਇਕ ਮਦਦ ਕੀਤੀ ਵਿੱਚ ਵਿਚਾਲੇ ਕੁਝ ਠੀਕ ਵੀ ਹੋ ਜਾਂਦਾ ਰਿਹਾ ਪਰ ਆਖਿਰਕਾਰ 15 ਜੂਨ 2017 ਦੇ ਵੱਡੇ ਤੜਕੇ ਉਹਦਾ ਦੇਹਾਂਤ ਹੋ ਗਿਆ 3 ਵਜੇ ਉਸਨੂੰ ਪਾਸਾ ਦਵਾਇਆ ਗਿਆ ਸੀ ਅਤੇ 4 ਵਜੇ ਦੂਜਾ ਪਾਸਾ ਦਵਾਉਣ ਤੋਂ ਪਹਿਲਾਂ ਹੀ ਉਹਦਾ ਭੌਰ ਉਡਾਰੀ ਮਾਰ ਚੁੱਕਾ ਸੀ ਕੈਂਸਰ ਫੇਫੜਿਆਂ ਵਿੱਚ ਪਹੁੰਚ ਜਾਣ 'ਤੇ ਅਤੇ ਆਸ ਮੁੱਕ ਜਾਣ 'ਤੇ 10 ਜੂਨ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਤੋਂ ਉਹਨੂੰ ਮਾਨਸਾ ਆਪਣੇ ਘਰ ਲਿਆਂਦਾ ਗਿਆ ਸੀ ਕਿ ਘਰ ਹੀ ਸੇਵਾ ਕਰੀਏ ਜਿਹੜੇ ਹਾਲ ਚਾਲ ਪੁੱਛਣ ਆਉਂਦੇ ਤਾਂ ਉਹ ਮੁਸਕਰਾ ਕੇ ਦੱਸਦਾ ਜਾਂਦੀ ਵਾਰ ਦੀਆਂ 3 ਇੱਛਾਵਾਂ ਦੱਸੀਆਂ ਅਖੇ ਧੀਆਂ ਚਿਤਾ ਨੂੰ ਅਗਨੀ ਲਾਉਣ ਕਿਸੇ ਧਾਰਮਿਕ ਰਸਮ ਦੀ ਲੋੜ ਨਹੀਂ ਕੇਵਲ ਸਾਦਾ ਸ਼ਰਧਾਂਜਲੀ ਸਮਾਗਮ ਹੋਵੇ ਜਿਸ ਵਿੱਚ ਕੁਝ ਇੱਕ ਸਾਥੀ ਅਤੇ ਲੇਖਕ ਹੀ ਬੋਲਣ ਅਤੇ ਸਮਾਗਮ ਬੇਲੋੜਾ ਲੰਬਾ ਨਾ ਕੀਤਾ ਜਾਵੇ ਜੀਵਨ ਸਾਥਣ ਮਨਜੀਤ ਕੌਰ ਦੇ ਵਾਰੇ ਜਾਈਏ ਜਿਹੜੀ ਆਪਣੇ ਜੀਵਨ ਸਾਥੀ ਦਾ ਇਲਾਜ ਕਰਵਾਉਣ ਲਈ ਉਹਨੂੰ ਥਾਂ ਥਾਂ ਲੈਂਦੀ ਫਿਰਦੀ ਸੀ ਸੋ ਔਲਖ ਆਪਣੀ ਬਿਮਾਰੀ ਵੱਲੋਂ ਬੇਪਰਵਾਹ ਸੀ ਉਸ ਨੂੰ ਤਾਂ ਹਰ ਵੇਲੇ ਦੱਬੇ ਕੁਚਲੇ ਲੋਕਾਂ ਦੇ ਚੰਗੇ ਭਵਿੱਖ ਦੀ ਹੀ ਪਰਵਾਹ ਸੀ ਦਵਾਈਆਂ ਦੇਣ ਦੀ ਪਰਵਾਹ ਪਤਨੀ ਨੂੰ ਹੀ ਕਰਨੀ ਪੈਂਦੀ ਸੀ ਉਹ ਅਕਸਰ ਕਹਿੰਦਾ ਸੀ ਕਿ ਬਿਮਾਰੀ ਬਿਮੂਰੀ ਦਾ ਮੈਨੂੰ ਆਪ ਨਹੀਂ ਪਤਾ ਮਨਜੀਤ ਨੂੰ ਪੁੱਛ ਲਓ ਕੈਂਸਰ ਦਾ ਪਤਾ 2008 ਵਿੱਚ ਲੱਗਾ ਸੀ ਕੀ ਪਤਾ ਜੜ ਕਦੋਂ ਦੀ ਲੱਗੀ ਹੋਵੇ ਉਹ ਤਾਂ ਨਿਉਂ ਜੜ ਵਰਗੇ ਨਾਟਕ ਖੇਡਣ ਵਿੱਚ ਹੀ ਮਗਨ ਸੀ ਉਹ ਆਪਣੇ ਪਿੱਛੇ ਆਪਣੀ ਪਤਨੀ ਧੀਆਂ ਜਵਾਈਆਂ ਅਤੇ ਦੋਤੇ ਦੋਤੀਆਂ ਦਾ ਭਰਿਆ ਪਰਿਵਾਰ ਛੱਡ ਗਿਆ ਹੈ ਆਪਣੀ ਸਵੈ ਜੀਵਨੀ ਦਾ ਨਾਂ ਉਸਨੇ ਨੰਗਾ ਢਿੱਡ ਚਿਤਵਿਆ ਸੀ ਜਿਸ ਦੇ ਕੁਝ ਕੁ ਕਾਂਡ ਲਿਖੇ ਸੀ ਜੋ ਜੀਵਨ ਯਾਦਾਂ ਦੀ ਪੁਸਤਕ ਭੁੰਨੀ ਹੋਈ ਛੱਲੀ ਵਿੱਚ ਛਪੇ ਨੇ ਸਾਨੂੰ ਮਾਣ ਹੈ ਕਿ ਉਹਨੇ ਸਾਡੇ ਪਰਚੇ ਸੀਰਤ ਵਿੱਚ ਵੀ ਸਭ ਤੋਂ ਪਹਿਲਾਂ ਆਪਣੀ ਸਵੈ ਜੀਵਨੀ ਕਿਸ਼ਤਵਾਰ ਲਿਖਣੀ ਸ਼ੁਰੂ ਕੀਤੀ ਸੀ ਸੋ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੇ ਜੀਵਨ ਸਫ਼ਰ ਦੀ ਅਗਲੀ ਕਹਾਣੀ ਵੀ ਜਾਣਦੇ ਹਾਂ ਪਰ ਇਸ ਖੂਬਸੂਰਤ ਰੰਗ ਤੋਂ ਬਾਅਦ
ਜਦੋਂ ਮੈਂ ਬਾਹਰ ਲੈ ਕੇ ਜਾਂਦਾ ਸੀ ਆਮ ਤੌਰ 'ਤੇ ਸਾਡੇ ਕਾਲਜ ਦਾ ਜਿਹੜਾ ਜੋਨ ਦਾ ਫੈਸਟੀਵਲ ਹੁੰਦਾ ਸੀ ਪੰਜਾਬੀ ਯੂਨੀਵਰਸਿਟੀ ਦਾ, ਉਹ ਬਰਜਿੰਦਰਾ ਕਾਲਜ ਫਰੀਦਕੋਟ ਹੋਇਆ ਕਰਦਾ ਸੀ। ਉੱਥੇ ਬਹੁਤ ਸਾਹਿਤ ਨਾਲ ਜੁੜੇ ਹੋਏ, ਉੱਥੇ ਕਈ ਪ੍ਰੋਫੈਸਰ ਸਰ, ਜਿਵੇਂ ਪ੍ਰੋਫੈਸਰ ਗੁਰਦਿਆਲ ਸਿੰਘ ਜੀ ਜਿਹੜੇ ਸਾਡੇ ਨਾਵਲਕਾਰ ਨੇ, ਬੰਨੇ ਪਰ ਬੰਨੇ, ਡਾਕਟਰ ਟੀ ਆਰ ਵਿਨੋਦ ਅਲੋਸ, ਡਾਕਟਰ ਕਰਨਜੀਤ ਸਿੰਘ, ਹੋਰ ਵੀ ਪ੍ਰੋਫੈਸਰ ਸਾਧੂ ਸਿੰਘ ਜਿਹੜੇ ਅੱਜ ਕੱਲ੍ਹ ਪਾਰਲੀਮੈਂਟ ਮੈਂਬਰ ਨੇ, ਇਹ ਵੀ ਬੜਾ ਲਿਟਰੇਚਰ ਨਾਲ ਜੁੜੇ ਹੋਏ ਸਰ, ਇੰਗਲਿਸ਼ ਲਿਟਰੇਚਰ ਦੀ ਐੱਮ ਏ ਸਰ, ਪ੍ਰੋਫੈਸਰ ਪ੍ਰੇਮ ਪਾਲੀ ਕਈ ਸੇ, ਉਹ ਮੇਰੇ ਨਾਟਕ ਵੇਖ ਕੇ ਮੈਨੂੰ ਕਹਿੰਦੇ, ਵਿਸ਼ੇਸ਼ ਤੌਰ 'ਤੇ ਗੁਰਦਿਆਲ ਸਿੰਘ ਜੀ ਦਾ ਇਸ ਪੱਖੋਂ ਮੈਂ ਬੜਾ ਧੰਨਵਾਦੀ ਹਾਂ ਕਿ ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਮੈਨੂੰ ਅੱਡ ਹੋ ਕੇ ਕਿਹਾ ਵੀ ਤੂੰ ਆਹ ਹੋਰ ਆਈਟਮਾਂ ਛੱਡ, ਕਹਾਣੀ ਕਵਿਤਾ ਲਿਖਣੀ ਛੱਡ, ਤੂੰ ਇੱਧਰ ਧਿਆਨ ਦਿਉ, ਸੰਜੀਦਾ ਹੋ ਕੇ ਗੱਲ ਕਰ, ਅਤੇ ਤੂੰ ਬਹੁਤ ਵਧੀਆ ਗੱਲ ਕਰ ਸਕਦਾ। ਇੱਕ ਤਾਂ ਤੇਰੇ ਕੋਲ ਪੇਂਡੂ ਬੋਲੀ ਦੀ ਅਮੀਰੀ ਜਿਹੜੀ ਰਿਚਨੈਸ ਹੈ ਉਹ ਬਹੁਤ ਵਧੀਆ ਹੈ, ਤੇਰੇ ਡਾਇਲਾਗ ਨੇ ਜਿਹੜੇ ਪੇਂਡੂ, ਦੂਸਰਾ ਤੇਰੇ ਇਹਨਾਂ 'ਚ ਜਿਹੜੀਆਂ ਗੱਲਾਂ ਜਾਂ ਸਮੱਸਿਆਵਾਂ ਨੇ ਉਹ ਵੀ ਪੇਂਡੂ ਨੇ, ਔਰ ਪੇਂਡੇ ਤੂੰ, ਤੈਨੂੰ ਪੇਂਡੂ ਜ਼ਿੰਦਗੀ ਦਾ ਅਨੁਭਵ ਹੈ, ਇਸ ਲਈ ਤੂੰ ਇਹਦੇ ਨਾਟਕ ਵਾਲੀ ਵਿਧਾ ਨੂੰ ਸੰਜੀਦਗੀ ਨਾਲ ਕਰ, ਤਾਂ ਉਹਨਾਂ ਦਾ ਇਹ ਕਹਿਣਾ ਮੈਨੂੰ ਬੜਾ ਪ੍ਰੇਰਿਤ ਵੀ, ਅੱਛਾ ਇਹਨਾਂ ਨੂੰ ਮੇਰੇ ਨਾਟਕ ਤਿਆਰ ਕਰੇ, ਇਹਨਾਂ ਨੂੰ ਵੀ ਚੰਗੇ ਲੱਗਦੇ। ਉਦੋਂ ਤਾਂ ਕਈ ਵਾਰ ਕੰਪੀਟੀਸ਼ਨ ਵੇਲੇ ਤਾਂ ਕਈ ਹੋਰ ਗੱਲਾਂ ਦਾ ਧਿਆਨ ਵੀ ਰੱਖ ਲੈਂਦੇ ਵੀ ਦੋ ਗੱਲਾਂ ਆਹ ਪਾ ਦਈਏ, ਸ਼ਾਇਦ ਵਾਹਵਾ ਵਾਹਵਾ ਮਿਲੇ, ਤਾਂ ਫਿਰ ਮੈਂ ਥੋੜ੍ਹਾ ਜਿਹਾ ਸੰਜੀਦਾ ਹੋ ਕੇ ਇਹ ਕਰ ਲੱਗਿਆ। ਤਾਂ ਇਸ ਗੱਲ ਨੇ ਵੀ ਮੈਨੂੰ ਉਤਸ਼ਾਹਿਤ ਕੀਤਾ ਵੀ ਚੰਗੇ ਰਾਈਟਰਾਂ ਨੇ ਅਤੇ ਆਲੋਚਕਾਂ ਨੇ ਮੈਨੂੰ ਸ਼ਾਬਾਸ਼ ਦੇਣੀ ਸ਼ੁਰੂ ਕੀਤੀ, ਅਤੇ ਇਸ ਤਰ੍ਹਾਂ ਫਿਰ ਹੌਲੀ ਹੌਲੀ ਜਿਹੜਾ ਮੈਂ ਪਿੰਡਾਂ 'ਚ ਨਾਟਕ ਲਿਜਾਣ ਲੱਗ ਪਿਆ, ਚਾਹੇ ਆਪਣੇ ਕਾਲਜ ਦੇ ਬੱਚਿਆਂ ਨੂੰ ਹੀ ਲੈ ਜਾਣਾ ਉੱਥੋਂ, ਕਿਉਂਕਿ ਮੇਰੇ ਨਾਟਕਾਂ ਦੇ ਵਿਸ਼ੇ ਕਿਸਾਨੀ ਦੇ ਉੱਤੇ ਸੀ, ਉੱਥੋਂ ਹੋਰ ਵੀ ਵਧੀਆ ਹੰਗਾਰਾ ਮਿਲਿਆ ਵੀ ਜਿੰਨਾਂ ਦੀ ਜ਼ਿੰਦਗੀ ਬਾਰੇ ਮੈਂ ਲਿਖਦਾ ਉੱਥੋਂ ਵੀ ਉਹ ਵੀ ਵਧੀਆ ਹੰਗਾਰਾ ਦਿੰਦੇ ਨੇ, ਜਿੱਥੇ ਹੱਸਣਾ ਹੁੰਦਾ ਹੱਸਦੇ ਨੇ, ਜਿੱਥੇ ਸੰਜੀਦਾ ਹੋਣਾ ਹੁੰਦਾ ਦੁਖਾਂਤ ਦੀ ਗੱਲ ਹੁੰਦੀ ਹੈ ਉੱਥੇ ਉਹ ਆਪਦੇ ਉਹਨਾਂ ਦਾ ਮਨ ਵੀ ਦੁਖੀ ਹੁੰਦਾ ਉੱਥੋਂ ਵੀ। ਸੋ ਇਸ ਕਰਕੇ ਮੈਂ ਹੌਲੀ ਹੌਲੀ ਇਸ ਤਰ੍ਹਾਂ ਹੀ ਜਿਹੜਾ ਨਾਟਕ ਨਾਲ ਜੁੜਦਾ ਗਿਆ, ਦੂਸਰੀਆਂ ਵਿਧਾਵਾਂ ਵੱਲੋਂ ਮੈਂ ਹੌਲੀ ਹੌਲੀ ਹਟਦਾ ਗਿਆ। ਪ੍ਰੋਫੈਸਰ ਅਜਮੇਰ ਸਿੰਘ ਔਲਖ ਨੇ ਮੁੱਢਲੀ ਵਿੱਦਿਆ ਪਿੰਡ ਕਿਸ਼ਨਗੜ੍ਹ ਫਰਵਾਹੀ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ, ਮੈਟ੍ਰਿਕ ਸਰਕਾਰੀ ਨੈਸ਼ਨਲ ਹਾਈ ਸਕੂਲ ਭੀਖੀ ਜ਼ਿਲ੍ਹਾ ਮਾਨਸਾ ਤੋਂ ਅਤੇ BA ਦੀ ਡਿਗਰੀ ਪ੍ਰਾਈਵੇਟ ਤੌਰ 'ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ। ਇਸ ਉਪਰੰਤ MA ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੰਨ 1965 ਵਿੱਚ ਕੀਤੀ। ਪਿਆਰੇ ਦਰਸ਼ਕੋ, ਅਸੀਂ ਪਿੱਛੇ ਦੱਸ ਆਏ ਹਾਂ ਕਿ ਅਜਮੇਰ ਸਿੰਘ ਔਲਖ ਦਾ ਪਰਿਵਾਰ ਆਪਣੇ ਜੱਦੀ ਪਿੰਡ ਕੁੰਬੜਵਾਲ ਤੋਂ ਉੱਠ ਕੇ ਜਦੋਂ ਉਹ ਬਾਬਾ ਕਿਸ਼ਨਗੜ੍ਹ ਫਰਵਾਹੀ ਆਇਆ ਸੀ ਤਾਂ ਉਦੋਂ ਉਹ ਜਾਗੀਰਦਾਰਾਂ ਦਾ ਮੁਜਾਰਾ ਪਿੰਡ ਸੀ। ਪਿੰਡ ਦੀ ਸਾਰੀ ਜ਼ਮੀਨ ਦੇ ਮਾਲਕ ਦੋ ਜਾਗੀਰਦਾਰ ਸੀ, ਕਿਸਾਨ ਉਹਨਾਂ ਦੇ ਮੁਜਾਰੇ ਬਣ ਕੇ ਖੇਤੀ ਕਰਦੇ ਸੀ, ਔਰ ਹਰਨਾਮ ਸਿੰਘ ਦਾ ਪਰਿਵਾਰ ਇੱਕ ਜਾਗੀਰਦਾਰ ਦੀ 8 ਕਿੱਲੇ ਜ਼ਮੀਨ ਵਾਹੁਣ ਲੱਗਾ ਸੀ, ਜਿਸ ਵਿੱਚੋਂ ਜਾਗੀਰਦਾਰ ਦੀ ਵਟਾਈ ਦੇ ਕੇ ਪਰਿਵਾਰ ਦਾ ਗੁਜ਼ਾਰਾ ਮਸਾਂ ਚੱਲਦਾ ਸੀ। ਅਤੇ ਉਹਨਾਂ ਦਿਨਾਂ ਵਿੱਚ ਖੇਤਾਂ ਦੀ ਉਪਜ ਵੀ ਘੱਟ ਹੀ ਹੁੰਦੀ ਸੀ, ਕਿਸੇ ਖੇਤ ਨੂੰ ਪਾਣੀ ਲੱਗਦਾ, ਕਿਸੇ ਨੂੰ ਨਹੀਂ ਸੀ ਲੱਗਦਾ। ਹਰਨਾਮ ਸਿੰਘ ਦੇ ਪਰਿਵਾਰ ਵਿੱਚ 2 ਪੁੱਤਰ ਅਤੇ ਅੱਗੋਂ ਉਹਨਾਂ ਦੀ ਔਲਾਦ ਸੀ। 8 ਕਿੱਲਿਆਂ ਵਾਲਾ ਮੁਜ਼ਾਰਾ ਥੋੜ੍ਹਿਆ ਟੁੱਟਿਆ ਕਿਸਾਨ ਹੀ ਵੱਜਦਾ ਸੀ। ਸੋ ਕਿਸੇ ਵੀ ਲੇਖਕ ਨੂੰ ਸਮਝਣ ਲਈ ਉਹਦਾ ਪਰਿਵਾਰਿਕ ਪਿਛੋਕੜ ਜਾਣਨਾ ਬਹੁਤ ਜ਼ਰੂਰੀ ਹੁੰਦਾ ਹੈ। ਸੋ ਲੇਖਕ ਦਾ ਬਚਪਨ ਜਿਨ੍ਹਾਂ ਹਾਲਤਾਂ ਵਿੱਚ ਗੁਜ਼ਰਿਆ ਹੋਵੇ ਉਹਨਾਂ ਦਾ ਅਸਰ ਉਹਦੀ ਸ਼ਖਸੀਅਤ ਅਤੇ ਉਹਦੀ ਸਾਹਿਤਕਾਰੀ 'ਤੇ ਵੀ ਪੈਂਦਾ ਹੈ। ਪ੍ਰੋਫੈਸਰ ਅਜਮੇਰ ਸਿੰਘ ਔਲਖ ਦਾ ਪਛੜੇ ਇਲਾਕੇ ਦੇ ਇੱਕ ਮੁਜਾਰਾ ਪਰਿਵਾਰ ਵਿੱਚ ਜੰਮ ਕੇ MA ਤੱਕ ਪੜ੍ਹ ਸਕਣਾ ਅਤੇ ਫਿਰ ਲੈਕਚਰਰ ਲੱਗ ਸਕਣਾ ਅਤੇ ਸਫਲ ਨਾਟਕਕਾਰ ਬਣ ਸਕਣਾ ਔਲਖ ਦੇ ਕਹਿਣ ਵਾਂਗ ਮਹਿਜ਼ ਇੱਕ ਇਤਫਾਕ ਦੀ ਗੱਲ ਹੈ। ਔਰ ਉਸਨੇ ਆਪਣੀ ਸਾਹਿਤਕ ਸਵੈ ਜੀਵਨੀ ਮੇਰੀ ਨਾਟ ਯਾਤਰਾ ਵਿੱਚ ਲਿਖਿਆ ਕਿ ਜਦ ਮੈਂ ਬਚਪਨ ਤੋਂ ਲੈ ਕੇ ਆਪਣੇ ਨਾਟਕਕਾਰ ਬਣਨ ਦੇ ਸਾਹਿਤਕ ਸਫ਼ਰ ਉੱਤੇ ਝਾਤ ਮਾਰਦਾ ਤਾਂ ਨਾਟਕ ਲਿਖਣ ਵੱਲ ਰੁਚਿਤ ਹੋਣ ਦਾ ਵਰਤਾਰਾ ਮੈਨੂੰ ਮਹਿਜ਼ ਇੱਕ ਇਤਫਾਕ ਤੋਂ ਬਿਨਾਂ ਹੋਰ ਕੁਝ ਨਜ਼ਰ ਨਹੀਂ ਆਉਂਦਾ। ਆਪਣੀ ਉਮਰ ਦੇ 27-28 ਵਰਿਆਂ ਤੱਕ ਮੈਨੂੰ ਆਪਣੇ ਆਪ ਨੂੰ ਵੀ ਨਹੀਂ ਸੀ ਪਤਾ ਕਿ ਮੈਂ ਕਦੇ ਨਾਟਕ ਵੀ ਲਿਖਾਂਗਾ ਅਤੇ ਪੰਜਾਬੀ ਸਾਹਿਤ ਜਗਤ ਵਿੱਚ ਮੇਰੀ ਪਛਾਣ ਇੱਕ ਨਾਟਕਕਾਰ ਦੇ ਰੂਪ ਦੇ ਵਿੱਚ ਹੋਏਗੀ। ਮੈਂ ਪਹਿਲਾਂ ਕਵਿਤਾ ਅਤੇ ਗੀਤ ਲਿਖਣੇ ਸ਼ੁਰੂ ਕੀਤੇ ਸੀ ਅਤੇ ਜਦ ਮੈਂ ਗੁਰਮੁਖੀ ਅੱਖਰ ਜੋੜਨ ਦੇ ਯੋਗ ਹੋ ਗਿਆ ਤਾਂ ਸ਼ਬਦਾਂ ਨੂੰ ਗੁਣ ਗਣਾਉਂਦਿਆਂ ਕਾਗਜ਼ਾਂ ਦੇ ਉੱਤੇ ਉਤਾਰਨ ਲੱਗ ਪਿਆ। ਮੈਂ ਆਪਣੀ
ਪਹਿਲੀ ਸਾਹਿਤਕ ਰਚਨਾ ਕਦੋਂ ਅਤੇ ਕਿੰਨੀ ਉਮਰ ਵਿੱਚ ਕੀਤੀ ਇਸ ਬਾਰੇ ਮੈਨੂੰ ਕੁਝ ਪੱਕਾ ਯਾਦ ਨਹੀਂ। ਜਿੱਥੋਂ ਤੱਕ ਮੈਨੂੰ ਯਾਦ ਹੈ, ਮੈਂ ਇੰਨੀ ਕੁ ਗੱਲ ਪੱਕੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਮੈਂ 8-10 ਸਾਲ ਦੀ ਉਮਰ ਵਿੱਚ ਕੁਝ ਨਾ ਕੁਝ ਤੁਕਬੰਦੀ ਕਰਕੇ ਉਸਨੂੰ ਗਾਉਣ ਲੱਗ ਪਿਆ ਸੀ। ਔਲਖ ਸਾਹਿਬ ਦੀ ਜੀਵਨ ਕਹਾਣੀ ਬਾਰੇ ਦੋਸਤੋ ਅੱਗੇ ਗੱਲ ਤੋਰਨ ਤੋਂ ਪਹਿਲਾਂ ਆਪਾਂ ਰੁਕਦੇ ਹਾਂ ਇੱਕ ਛੋਟੇ ਜਿਹੇ ਵਕਫੇ ਲਈ। ਔਲਖ ਸਾਹਿਬ, ਤੁਹਾਡੇ ਨਾਟਕਾਂ ਦੇ ਵਿੱਚ ਕਰੂਰ ਯਥਾਰਥ ਦੀ ਗੱਲ ਕੀਤੀ ਜਾਂਦੀ, ਤੁਸੀਂ ਮਿੱਟੀ ਨਾਲ ਜੁੜ ਕੇ ਲਿਖਦੇ ਹੋ, ਅਤੇ ਤੁਹਾਡੇ ਨਾਟਕਾਂ ਦੇ ਵਿੱਚ ਕਲਪਨਾ ਕਿੰਨੀ ਕੁ ਹੈ, ਕਿੰਨੀ ਕੁ ਮਾਤਰਾ ਹੈ ਉਸਦੀ? ਦੇਖੋ, ਕਲਪਨਾ ਦਾ ਅਤੇ ਇਮੋਸ਼ਨਸ ਦਾ, ਜਜ਼ਬਿਆਂ ਦਾ, ਜਿਹੜੇ ਮਨੁੱਖੀ ਜਜ਼ਬੇ ਨੇ, ਉਹਦੇ ਬਿਨਾਂ ਤਾਂ ਲਿਟਰੇਚਰ ਹੋ ਹੀ ਨਹੀਂ ਸਕਦਾ। ਸਾਹਿਤ ਦੀ ਕੋਈ ਵੀ ਰਚਨਾ, ਚਾਹੇ ਉਹ ਨਾਵਲ ਹੈ, ਚਾਹੇ ਉਹ ਕਹਾਣੀ ਹੈ, ਚਾਹੇ ਉਹ ਕਵਿਤਾ ਹੈ, ਅਤੇ ਚਾਹੇ ਨਾਟਕ ਹੈ, ਤਾਂ ਇਹਦਾ ਇਹਦੇ ਬਿਨਾਂ ਤਾਂ ਹੁੰਦਾ, ਇਹਦੇ ਨਾਲ ਤਾਂ ਜਿਹੜਾ ਹੈ ਹੋਣਾ। ਲੇਕਿਨ ਇਹ ਹੈ ਕਿ ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ ਵੀ ਉਹ ਜਿਹੜਾ ਕਲਪਨਾ ਨਿਰੀ ਕਲਪਨਾ ਦਾ ਲੱਗੇ ਪੜ੍ਹ ਕੇ, ਉਹਨੂੰ ਜਦੋਂ ਕੋਈ ਪੜ੍ਹੇ ਤਾਂ ਉਹ ਲੱਗੇ ਵੀ ਇਹ ਜ਼ਿੰਦਗੀ ਦਾ ਕੋਈ ਯਥਾਰਥ ਹੈ। ਹਾਂ, ਸਾਡੇ ਜੀਵਨ 'ਚ ਇੱਦਾਂ ਹੁੰਦਾ ਜਾਂ ਹੋ ਸਕਦਾ, ਤੂੰ ਇਸ ਤਰ੍ਹਾਂ ਕਰਕੇ ਕਲਪਨਾ ਤਾਂ ਗੱਲਾਂ ਜੋੜਨਾ ਹੈ, ਕਲਪਨਾ ਨਾਲ ਤਾਂ ਇਸ ਤਰ੍ਹਾਂ ਕਰਕੇ ਪਾਤਰਾਂ ਦੀ ਸਿਰਜਣਾ ਕਰਨੀ ਹੈ, ਘੜਨੀ ਹੈ, ਲੇਕਿਨ ਉਸ ਕਲਪਨਾ ਦੇ ਜਿਹੜੇ ਪੈਰ ਹੈ ਉਹ ਯਥਾਰਥ ਨਾਲ ਜੁੜੇ ਹੋਣੇ ਚਾਹੀਦੇ ਨੇ। ਇਹ ਲੱਗੇ ਵੀ ਹਾਂ ਇਹ ਸਾਡੀ ਜ਼ਿੰਦਗੀ ਦੀ ਗੱਲ ਹੈ, ਇਸ ਕਰਕੇ ਕਲਪਨਾ ਦਾ ਰੰਗ ਲੈਂਦਾ ਮੈਂ ਔਰ ਜ਼ਰੂਰੀ ਸਮਝਦਾ, ਲੇਕਿਨ ਯਥਾਰਥ ਨੂੰ ਪਹਿਲ ਦਿੰਦਾ ਵੀ ਹਾਂ ਇਹ ਪੜ੍ਹ ਕੇ ਨਾਟਕ ਦਾ ਵਿੱਚ ਵੀ ਲੋਕਾਂ ਨੂੰ ਲੱਗੇ ਵੀ ਆਹ ਗੱਲ ਹੈ ਜਿਹੜੀ, ਇਹ ਸਿਰਫ ਇਹ ਵੀ ਫੋਕੀ ਕਲਪਨਾ ਨਹੀਂ ਹੈ, ਇਹ ਸਾਡੇ ਆਲੇ ਦੁਆਲੇ ਵਾਪਰਦੀ ਹੈ। ਮੈਂ ਜਦੋਂ ਨਾਟਕ ਕਰਨ ਜਾਂਦਾ ਜਾਂ ਦਿਖਾਉਣਾ ਵੇਖਾਉਣਾ ਤਾਂ ਕਈ ਲੋਕ ਮੈਨੂੰ ਉਦੋਂ ਬਾਅਦ ਮੈਨੂੰ ਮਿਲ ਕੇ ਮੇਰੀ ਹੌਸਲਾ ਅਫਜ਼ਾਈ ਵੀ ਹੁੰਦੀ ਹੈ ਉਹਨਾਂ ਗੱਲਾਂ ਨਾਲ, ਜਦੋਂ ਕਹਿੰਦੇ ਨੇ ਬਾਈ ਆਹ ਤਾਂ ਜਿਹੜੀ ਗੱਲ ਹੈ ਤੂੰ ਸਾਡੇ ਪਿੰਡ ਦੀ ਉਸ ਦੀ ਕਰੀ ਹੈ, ਆਹ ਤਾਂ ਗੱਲ ਹੈ ਲੇਡੀਜ਼ ਬਜ਼ੁਰਗ ਕਹਿੰਦੀਆਂ ਹਾਂ ਪੁੱਤ ਆਹ ਜਿਹੜੀ ਗੱਲ ਕਹੀ ਹੈ ਇਹ ਤਾਂ ਸੱਚੀ ਆਪਣੇ ਜੱਟਾਂ ਨਾਲ ਹੀ ਹੁੰਦੀ ਹੁੰਦੀ ਹੈ। ਪ੍ਰੋਫੈਸਰ ਅਜਮੇਰ ਸਿੰਘ ਔਲਖ ਦਾ ਫਿਕਰ ਆਮ ਆਦਮੀ ਨੂੰ ਰਾਜਨੀਤਿਕ ਤੌਰ 'ਤੇ ਚੇਤਨ ਕਰਨ ਦਾ ਰਿਹਾ ਹੈ। ਉਸ ਦਾ ਵਿਸ਼ਵਾਸ ਹੈ ਕਿ ਨਾਟਕ ਅਤੇ ਥੀਏਟਰ ਇਸ ਕੰਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਨਾਟਕ ਅਤੇ ਥੀਏਟਰ ਨੂੰ ਆਮ ਆਦਮੀ ਤੱਕ ਪਹੁੰਚਾਉਣ ਲਈ ਉਸ ਨੇ ਸਰਲ ਮੰਚ ਜੜਤ ਯਥਾਰਥਵਾਦੀ ਰਚਨਾ ਵਿਧੀ, ਲੋਕ ਨਾਟ ਯੁਕਤਾਂ ਅਤੇ ਲੋਕ ਬੋਲੀ ਦੀ ਸੁਚੇਤ ਪੱਧਰ 'ਤੇ ਵਰਤੋਂ ਕੀਤੀ ਹੈ। ਇਸ ਵਕਫੇ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਔਰ ਵਕਫੇ ਤੋਂ ਪਹਿਲਾਂ ਮੈਂ ਜ਼ਿਕਰ ਕਰ ਰਿਹਾ ਸੀ ਕਿ ਅਜਮੇਰ ਸਿੰਘ ਔਲਖ ਕਹਿੰਦੇ ਨੇ ਕਿ 1952 ਵਿੱਚ ਜਦ ਮੇਰੀ ਉਮਰ 10 ਸਾਲ ਦੀ ਸੀ ਅਤੇ ਜਿਸ ਸਾਲ ਮੈਂ ਆਪਣੀ ਪ੍ਰਾਇਮਰੀ ਦੀ ਚੌਥੀ ਜਮਾਤ ਪਾਸ ਕਰਕੇ ਲਾਗਲੇ ਕਸਬੇ ਭੀਖੀ ਦੇ ਸਰਕਾਰੀ ਮਿਡਲ ਸਕੂਲ ਵਿੱਚ 5ਵੀਂ ਜਮਾਤ ਵਿੱਚ ਦਾਖਲਾ ਲੈ ਲਿਆ ਸੀ, ਉਦੋਂ ਤੱਕ ਮੈਂ ਕਾਫੀ ਗੀਤ ਲਿਖ ਲਏ ਸੀ ਅਤੇ ਉਹਨਾਂ ਨੂੰ ਮੇਰੇ ਹੀ ਪਿੰਡ ਦੇ ਮੇਰੇ ਬਚਪਨ ਦੇ ਦੋਸਤ ਸੁਖਦੇਵ ਨਾਲ ਮਿਲ ਕੇ ਕਮਿਊਨਿਸਟ ਪਾਰਟੀ ਦੀਆਂ ਸਟੇਜਾਂ 'ਤੇ ਹੋਰ ਕਈ ਇਕੱਠਾਂ ਵਿੱਚ ਗਾ ਵੀ ਚੁੱਕਾ ਸੀ ਅਤੇ ਉਸ ਸਮੇਂ ਲਿਖੇ ਅਤੇ ਸਭ ਤੋਂ ਵੱਧ ਗਾਏ ਮੇਰੇ ਇੱਕ ਗੀਤ ਦੀਆਂ ਮੁੱਢਲੀਆਂ ਸਤਰਾਂ ਮੈਨੂੰ ਹੁਣ ਵੀ ਯਾਦ ਨੇ। ਸਤਰਾਂ ਸਨ ਕਿ ਇਹ ਤਾਂ ਦੂਰੀਆਂ ਪੁਸ਼ਾਕਾਂ ਪਾਉਂਦੇ, ਤੈਨੂੰ ਫਿੱਡੇ ਛਿੱਤਰ ਨਾ ਥਿਉਂਦੇ, ਹੋ ਜਾ ਹੁਸ਼ਿਆਰ ਕਰ ਜੱਟਾ ਮਾਰੋ ਮਾਰ, ਜਾ ਕੇ ਵੈਰੀ ਦੇ ਬੂਹੇ 'ਤੇ ਅੜ ਜਾ, ਵੈਰੀ ਦੇ ਟਾਕਰੇ ਨੂੰ ਤਿਆਰ ਹੋ ਕੇ ਤੂੰ ਖੜ ਜਾ। ਸੋ ਵੈਰੀ ਦੇ ਟਾਕਰੇ ਨੂੰ ਅਜਮੇਰ ਔਲਖ ਜਦੋਂ ਅਜੇ ਬੱਚਾ ਹੀ ਸੀ ਤਾਂ ਕਿਸਾਨਾਂ ਦੀ ਜਗੀਰਦਾਰਾਂ ਵਿਰੁੱਧ ਮੁਜ਼ਾਰਾ ਲਹਿਰ ਨੇ ਉਸ ਵੇਲੇ ਜ਼ੋਰ ਫੜ ਲਿਆ ਸੀ। ਕਮਿਊਨਿਸਟਾਂ ਦੀ ਲਾਲ ਪਾਰਟੀ ਅਗਵਾਈ ਕਰ ਰਹੀ ਸੀ। ਸੋ ਪਿੰਡਾਂ ਵਿੱਚ ਕਮਿਊਨਿਸਟਾਂ ਦੀ ਲਾਲ ਪਾਰਟੀ ਦੇ ਜਦੋਂ ਕਾਨਫਰੰਸਾਂ ਹੁੰਦੀਆਂ ਜਿੱਥੇ ਜਗੀਰਦਾਰਾਂ ਦਾ ਟਾਕਰਾ ਕਰਨ ਲਈ ਜੋਸ਼ੀਲੇ ਗੀਤ ਗਾਏ ਜਾਂਦੇ, ਪਿੰਡ ਦੇ ਹੋਰ ਬੱਚਿਆਂ ਵਾਂਗ ਅਜਮੇਰ ਉੱਤੇ ਵੀ ਇਸ ਲਹਿਰ ਦਾ ਬੜਾ ਅਸਰ ਹੋਇਆ। ਉਹ ਸ਼ਾਮੀ ਜਾਂ ਰਾਤ ਨੂੰ ਬੱਚਿਆਂ ਵਾਲੀਆਂ ਖੇਡਾਂ ਖੇਡਦੇ, ਹੱਥਾਂ ਵਿੱਚ ਲਾਲ ਝੰਡੀਆਂ ਫੜ ਕੇ ਜਾਂ ਖਾਲੀ ਹੱਥ ਹੀ ਜਗੀਰਦਾਰੀ ਅਤੇ ਬਿਸਵੇਦਾਰੀ ਵਿਰੁੱਧ ਉਹ ਜਿਹੇ ਨਾਅਰੇ ਲਾਉਣ ਲੱਗਦੇ ਜਿਹੋ ਜਿਹੇ ਅਕਸਰ ਕਾਨਫਰੰਸਾਂ ਵਿੱਚ ਸੁਣਦੇ। ਅਜਮੇਰ ਨਾਅਰੇ ਲਾਉਣ ਵਾਲਿਆਂ ਵਿੱਚ ਅਕਸਰ ਆਗੂ ਵਾਲਾ ਰੋਲ ਅਦਾ ਕਰਦਾ। ਉਹਦੇ ਵਿੱਚ ਇੱਕ ਵਾਧਾ ਇਹ ਵੀ ਸੀ ਕਿ ਉਹ ਗੀਤ ਲਿਖ ਵੀ ਲੈਂਦਾ ਸੀ ਅਤੇ ਗੀਤ ਗਾ ਵੀ ਲੈਂਦਾ ਸੀ।
ਪ੍ਰਾਇਮਰੀ ਸਕੂਲ ਵਿੱਚ ਉਹਦਾ ਸਭ ਤੋਂ ਨੇੜਲਾ ਆੜੀ ਸੁਖਦੇਵ ਸੀ ਅਤੇ ਹਾਈ ਸਕੂਲ ਵਿੱਚ ਹਾਕਮ ਸਿੰਘ ਸਮਾਊ ਸੀ ਜੋ ਬਾਅਦ ਵਿੱਚ ਨਕਸਲੀ ਆਗੂ ਬਣਿਆ। ਨਿੱਕੇ ਹੁੰਦਿਆਂ ਹੀ ਉਹ ਨਿੱਕੇ ਨਾਂ ਵਾਲਾ ਅਜਮੇਰ ਸੀ। ਸਕੂਲ ਦਾਖਲ ਹੁੰਦ ਵੇਲੇ ਅਜਮੇਰ ਸਿੰਘ ਹੋ ਗਿਆ ਅਤੇ ਜਦੋਂ ਕਵਿਤਾ ਲਿਖਣ ਲੱਗ ਪਿਆ ਤਾਂ ਨਾਂ ਰੱਖ ਲਿਆ ਅਜਮੇਰ ਸਿੰਘ ਪਾਗਲ। ਪਰ ਪਾਗਲ ਉਹਦਾ ਪਹਿਲਾ ਤਖੱਲਸ ਨਹੀਂ ਸੀ। ਪਾਗਲ ਦੇ ਤਖੱਲਸ ਤੱਕ ਅੱਪਣ ਲਈ ਉਸਨੂੰ ਦਰਦੀ, ਦੁਖੀਆ ਅਤੇ ਕੌਮੀ ਤਖੱਲਸ ਲਾਉਣ ਦੀਆਂ ਮੁਸ਼ਕਲਾਂ ਕਰਨੀਆਂ ਪਈਆਂ। ਸੋ ਤਿੰਨ ਤਖੱਲਸਾਂ ਨੂੰ ਰੱਦ ਕਰਕੇ ਉਹ ਖਿਆਲੀ ਹੋ ਗਿਆ ਅਤੇ ਫਿਰ ਇੱਕ ਸੀਨੀਅਰ ਵਿਦਿਆਰਥੀ ਉਹਦੇ ਮਗਰ ਪੈ ਗਿਆ ਜਿਹਨੂੰ ਖਿਆਲੀ ਦਾ ਖਿਤਾਬ ਸੌਂਪ ਕੇ ਆਪ ਪਾਗਲ ਦਾ ਤਖੱਲਸ ਰੱਖ ਲਿਆ। ਸੋ ਉਹਦੇ ਬੀ ਏ ਤੱਕ ਦੇ ਸਰਟੀਫਿਕੇਟਾਂ ਉੱਤੇ ਉਹਦਾ ਨਾਂ ਅਜੇ ਵੀ ਅਜਮੇਰ ਸਿੰਘ ਪਾਗਲ ਹੀ ਦਰਜ ਹੈ। ਔਲਖ ਜਾਂ ਔਲਖ ਸਾਹਿਬ ਤਾਂ ਉਸਨੂੰ ਉਦੋਂ ਤੋਂ ਕਿਹਾ ਜਾਣ ਲੱਗਾ ਜਦੋਂ ਉਹ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਦੀਆਂ ਸੱਭਿਆਚਾਰਕ ਸਰਗਰਮੀਆਂ ਦਾ ਇੰਚਾਰਜ ਬਣਿਆ। ਅਤੇ ਦੋਸਤੋ, ਵਿਦਿਆਰਥੀਆਂ ਨੂੰ ਨਾਟਕ ਖਿਡਾਉਣ ਔਰ ਨਾਟਕ ਸਿਖਾਉਣ ਲੱਗਾ ਅਜਮੇਰ ਸਿੰਘ। ਔਲਖ ਹੋਣਾ ਦੇ ਜੀਵਨ ਦਾ ਅਗਲਾ ਬਿਰਤਾਂਤ ਬੜੀ ਬਰੀਕੀ ਦੇ ਨਾਲ, ਬੜੇ ਵਿਸਥਾਰ ਦੇ ਨਾਲ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਪਰ ਇਸ ਪਿਆਰੇ ਜਿਹੇ ਰੰਗ ਤੋਂ ਬਾਅਦ। ਮੈਂ ਬਚਪਨ ਤੋਂ ਹੀ ਪਾਪਾ ਦੇ ਨਾਟਕਾਂ 'ਚ ਕੰਮ ਕਰਦੀ ਆ ਰਹੀ ਹਾਂ। ਬਚਪਨ ਤੋਂ ਵੀ ਜਦੋਂ ਮੇਰਾ ਬਰਥ ਨਹੀਂ ਸੀ ਹੋਇਆ ਤਾਂ ਮਾਂ ਦੇ ਪੇਟ 'ਚ ਹੀ ਜਿਹੜਾ ਹੈ ਨਾਟਕਾਂ ਦੀ ਸ਼ੁਰੂਆਤ ਮੇਰੀ ਹੋ ਚੁੱਕੀ ਸੀ। ਹੌਲੀ ਹੌਲੀ ਜਦੋਂ ਬਰਥ ਹੋਇਆ ਉਸ ਤੋਂ ਬਾਅਦ ਦੀਦੀ ਦੀ ਗੋਦੀ ਚੜ੍ਹ ਕੇ ਜਿਹੜਾ ਸਟੇਜ ਦੇ ਉੱਤੇ ਜਾਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਵੱਡੇ ਰੋਲ ਜਿਹੜੇ ਹੈ ਮਿਲਣੇ ਸ਼ੁਰੂ ਹੋ ਗਏ। ਬੱਚਿਆਂ ਦੇ ਵਾਲੇ ਨਾਟਕ ਵੀ ਕੀਤੇ। ਉਦੋਂ ਇੰਨੀ ਸਮਝ ਨਹੀਂ ਸੀਗੀ ਪਰ ਉਹ ਇੰਜੋਏ ਕਰਦੇ ਸੀ ਨਾਟਕ ਕਰਨ ਦੇ ਲਈ ਕਿ ਸਭ ਕੁਛ ਕੀ ਹੋ ਰਿਹਾ ਹੈਗਾ। ਜਦੋਂ ਕਦੇ ਕੋਈ ਨਾਟਕ ਇਸ ਤਰ੍ਹਾਂ ਦਾ ਹੁੰਦਾ ਜਿਹਦੇ ਵਿੱਚ ਕਿਸੇ ਦੀ ਡੈਥ ਹੋ ਜਾਣੀ ਜਾਂ ਇਸ ਤਰ੍ਹਾਂ ਦਾ ਕੋਈ ਕਿਰਦਾਰ ਹੋਣਾ, ਉਸ ਸਮੇਂ ਬਹੁਤ ਜ਼ਿਆਦਾ ਰੋਣਾ, ਫਿਰ ਸਮਝਾਇਆ ਜਾਂਦਾ ਕਿ ਨਹੀਂ ਇਹ ਤਾਂ ਸਿਰਫ ਇੱਕ ਨਾਟਕ ਹੈ। ਹੌਲੀ ਹੌਲੀ ਵੱਡੇ ਹੋਏ ਤਾਂ ਸਮਝ ਆਉਂਦੀ ਗਈ, ਪਰ ਪਾਪਾ ਨੇ ਹਮੇਸ਼ਾ ਸਾਨੂੰ ਸਪੋਰਟ ਕੀਤਾ ਕਿ ਦੱਸਿਆ ਕਿ ਬੇਟਾ ਇਹ ਰੋਲ ਇਸ ਤਰ੍ਹਾਂ ਕਰਨਾ ਹੈ ਜਾਂ ਇਸ ਰੋਲ ਨੂੰ ਇਸ ਤਰ੍ਹਾਂ ਨਿਭਾਉਣਾ ਹੈਗਾ, ਪਰ ਕਦੇ ਵੀ ਡਾਇਰੈਕਸ਼ਨ ਦੇਣ ਦੇ ਵੇਲੇ ਇਹ ਨਹੀਂ ਸੀ ਦੇਖਦੇ ਕਿ ਮੇਰੇ ਬੱਚੇ ਨੇ ਜਾਂ ਕਿਸੇ ਹੋਰ ਦੇ ਨੇਗੇ। ਗਾਣਾ ਜਦੋਂ ਪੈਂਦੀਆਂ ਸੀ ਤਾਂ ਸਾਰਿਆਂ ਦੇ ਸਭ ਦੇ ਸਾਂਝੀਆਂ ਹੀ ਗਾਣਾ ਪੈਂਦੀਆਂ ਸੀਗੀਆਂ। ਜਿਵੇਂ ਫਿਰ ਵੱਡੇ ਹੋਏ ਉਦੋਂ ਬਾਅਦ ਇਸਤਰੀਆਂ ਵਾਲੇ ਰੋਲ ਜਿਹੜੇ ਹੈਗੇ ਆ ਜਾਂ ਕੁੜੀਆਂ ਵਾਲੇ ਰੋਲ ਜਿਹੜੇ ਹੈਗੇ ਕਰਨੇ ਸ਼ੁਰੂ ਕੀਤੇ ਤਾਂ ਉਹਨਾਂ ਦੇ ਵਿੱਚ ਸਾਨੂੰ ਜਾ ਕੇ ਪਤਾ ਲੱਗਿਆ ਕਿ ਅਸਲ ਵਿੱਚ ਸਮੱਸਿਆਵਾਂ ਕੀ ਆਉਂਦੀਆਂ ਨੇ, ਲੜਕੀਆਂ ਦੀਆਂ ਕੀ ਸਮੱਸਿਆਵਾਂ ਨੇ, ਕਿਵੇਂ ਸਮਾਜ ਦੇ ਵਿੱਚ ਔਰਤ ਇੱਕ ਵਿਕਾਊ ਚੀਜ਼ ਬਣੀ ਹੋਈ ਹੈ ਜਾਂ ਔਰਤ ਨੂੰ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ। ਤਾਂ ਉਹ ਸਾਰੀਆਂ ਸਮੱਸਿਆਵਾਂ ਨੂੰ ਜਿਹੜਾ ਹੈ ਸਮਝਣ ਦੇ ਵਿੱਚ ਸਾਡੇ ਫਾਦਰ ਸਾਹਿਬ ਨੇ ਸਾਡੀ ਬਹੁਤ ਜ਼ਿਆਦਾ ਮਦਦ ਜਿਹੜੀ ਹੈਗੀ ਕੀਤੀ। ਅਸੀਂ ਉਹ ਸਮੱਸਿਆਵਾਂ ਨੂੰ ਨਾ ਕੇਵਲ ਸਮਝਿਆ ਬਲਕਿ ਅੱਜ ਆਪਦੇ ਕਿੱਤੇ ਦੇ ਰਾਹੀਂ ਵੀ ਅਸੀਂ ਬੱਚਿਆਂ ਦੀਆਂ ਉਹ ਸਮੱਸਿਆਵਾਂ ਨੂੰ, ਲੜਕੀਆਂ ਦੀਆਂ ਉਹ ਸਮੱਸਿਆਵਾਂ ਨੂੰ ਦੂਰ ਕਰਨ ਦੀ ਜਿਹੜੀ ਹੈਗੀ ਕੋਸ਼ਿਸ਼ ਕਰ ਰਹੇ ਹੈਗੇ। ਪਿਤਾ ਨੇ ਜਾਂ ਸਾਡੇ ਫਾਦਰ ਨੇ ਜਿਹੜਾ ਸਾਨੂੰ ਇੰਨਾ ਜ਼ਿਆਦਾ ਸਪੋਰਟ ਕੀਤਾ ਹਰ ਇੱਕ ਥਾਂ ਦੇ ਉੱਤੇ ਜਿੱਥੇ ਅਸੀਂ ਸਾਨੂੰ ਕੋਈ ਵੀ ਸਮੱਸਿਆ ਆਉਂਦੀ ਸੀ ਉਸਨੂੰ ਹੱਲ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਤਿੰਨੇ ਅਸੀਂ ਭੈਣਾਂ ਸੀ, ਕੋਈ ਭਰਾ ਨਾ ਹੋਣ ਦੇ ਬਾਵਜੂਦ ਵੀ ਸਾਨੂੰ ਜਿਹੜਾ ਹੈ ਹਰ ਇੱਕ ਥਾਂ ਦੇ ਉੱਤੇ ਪੂਰਨ ਤੌਰ ਦੇ ਉੱਤੇ ਸਾਡੀ ਸਪੋਰਟ ਜਿਹੜੀ ਹੈਗੀ ਹੈ ਫਾਦਰ ਨੇ ਕੀਤੀ ਹੈਗੀ। ਸਾਨੂੰ ਕਦੇ ਵੀ ਇਹ ਨਹੀਂ ਮਹਿਸੂਸ ਹੋਣ ਦਿੱਤਾ ਕਿ ਜਿਹੜਾ ਹੈ ਤੁਸੀਂ ਲੜਕੇ ਨਹੀਂ ਹੈਗੇ, ਬਲਕਿ ਸਾਨੂੰ ਇੱਕ ਇਸਤਰੀ ਹੋਣ ਦੇ ਇੱਕ ਲੜਕੀ ਹੋਣ ਦੇ ਉੱਤੇ ਮਾਣ ਜਿਹੜਾ ਹੈ ਮਹਿਸੂਸ ਹੈ ਕਰਵਾਇਆ ਹੈਗਾ। ਤਾਂ ਸਾਨੂੰ ਆਪਦੇ ਫਾਦਰ ਸਾਹਿਬ ਦੇ ਉੱਤੇ ਬਹੁਤ ਜ਼ਿਆਦਾ ਮਾਣ ਹੈਗਾ, ਬਹੁਤ ਜ਼ਿਆਦਾ ਜਿੱਥੇ ਵੀ ਅਸੀਂ ਕਿਤੇ ਜਾਂਦੇ ਹਾਂ ਤਾਂ ਸਾਨੂੰ ਹਰੇਕ ਥਾਂ ਦੇ ਉੱਤੇ ਇੱਕ ਵੱਖਰੀ ਜੀ ਸਾਨੂੰ ਇਹ ਜਦੋਂ ਲੋਕਾਂ ਨੂੰ ਇਹ ਪਤਾ ਲੱਗਦਾ ਹੈ ਕਿ ਇਹ ਔਲਖ ਸਾਹਿਬ ਦੇ ਬੱਚੇ ਨੇਗੇ ਤਾਂ ਸਾਨੂੰ ਇੱਕ ਵੱਖਰਾ ਜਿਹਾ ਹੀ ਜਿਹੜੀ ਰਿਸਪੈਕਟ ਹੈਗੀ ਉਹ ਦਿੱਤੀ ਜਾਂਦੀ ਹੈ, ਜਿਹਦੇ ਕਰਕੇ ਸਾਨੂੰ ਬਹੁਤ ਜ਼ਿਆਦਾ ਮਾਣ ਜਿਹੜਾ ਹੈਗਾ ਮਹਿਸੂਸ ਹੁੰਦਾ ਹੈਗਾ। ਅਤੇ ਸਾਨੂੰ ਹਮੇਸ਼ਾ ਹੀ ਹਰ ਇੱਕ ਜਨਮ ਦੇ ਵਿੱਚ ਸਾਨੂੰ ਇਸ ਤਰ੍ਹਾਂ ਦੇ ਫਾਦਰ ਜਿਹੜੇ ਹੈਗੇ ਇਹੀ ਫਾਦਰ ਜਿਹੜੇ ਹੈਗੇ ਮਿਲਦੇ ਰਹੇ। ਇਹ ਰੱਬ ਅੱਗੇ ਦੁਆ ਕਰਦੀ ਹਾਂ ਅਤੇ ਉਹਨਾਂ ਦੀ ਲੰਬੀ ਉਮਰ ਦੇ ਲਈ ਵੀ ਜਿਹੜੀ ਹੈ ਦੁਆ ਹੈਗੀ ਮੈਂ ਕਰਦੀ। ਪਿਆਰੇ ਦਰਸ਼ਕੋ, ਅੱਜ ਅਸੀਂ ਪੰਜਾਬ ਦੇ ਮਹਾਨ ਨਾਟਕਕਾਰ ਅਜਮੇਰ ਸਿੰਘ ਔਲਖ ਬਾਰੇ ਚਰਚਾ ਕਰ ਰਹੇ ਹਾਂ। ਆਪਣੀ 75 ਸਾਲ ਦੀ ਉਮਰ ਵਿੱਚੋਂ ਉਸਨੇ 50 ਸਾਲ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਲੇਖੇ ਲਾਏ। ਨਾ ਦਿਨ ਵੇਖਿਆ ਅਤੇ ਨਾ ਰਾਤ, ਨਾ ਮੀਂਹ ਵੇਖਿਆ ਅਤੇ ਨਾ ਹਨੇਰੀ, ਸਦਾ ਚੱਲ ਸੁ ਚੱਲ ਰਹੀ। ਅਜਮੇਰ ਔਲਖ ਦੀ ਵਿਸ਼ੇਸ਼ਤਾ ਪੰਜਾਬ ਦੀਆਂ ਨਿਮਨ ਕਿਸਾਨੀ ਦੀਆਂ ਸਮੱਸਿਆਵਾਂ ਨੂੰ ਆਪਣੇ ਨਾਟਕਾਂ ਰਾਹੀਂ ਪੇਂਡੂ ਮੁਹਾਵਰੇ ਵਿੱਚ ਪੇਸ਼ ਕਰਨਾ। ਉਹਦੇ ਪੇਂਡੂ ਪਾਤਰਾਂ ਦੇ ਬੋਲ ਸਿੱਧੇ ਦਰਸ਼ਕਾਂ ਦੇ ਦਿਲਾਂ ਵਿੱਚ ਲੈਂਦੇ ਸਨ। ਇਸੇ ਕਰਕੇ ਪੇਂਡੂ ਲੋਕਾਂ ਦੇ ਵੱਡੇ ਇਕੱਠ ਉਹਦੇ ਨਾਟਕਾਂ ਨੂੰ ਹੁੰਮ ਹੁਮਾ ਕੇ ਵੇਖਦੇ ਸੀ। ਕਿਰਤੀ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਨਾਟਕ ਤਾਂ ਪਹਿਲਾਂ ਵੀ ਲਿਖੇ ਅਤੇ ਖੇਡੇ ਜਾਂਦੇ ਸੀ, ਪਰ ਪੰਜਾਬੀ ਵਿੱਚ ਖਾਸ ਕਰਕੇ ਮਾਨਸੇ ਵੱਲ ਦੀ ਮਲਵਈ ਉਪ ਭਾਸ਼ਾ ਵਿੱਚ ਪੇਂਡੂ ਸਮਾਜ ਦਾ ਨਾਟਕੀਕਰਨ ਜਿਵੇਂ ਅਜਮੇਰ ਔਲਖ ਨੇ ਕੀਤਾ ਅਤੇ ਉਹਦਾ ਕੋਈ ਸਾਨੀ ਨਹੀਂ ਸੀ। ਅਜਿਹਾ ਉਹ ਇਸ ਲਈ ਕਰ ਸਕਿਆ ਕਿਉਂਕਿ ਉਹ ਜੰਮਿਆ ਪਲਿਆ ਹੀ ਥੋੜ੍ਹੇ ਟੁੱਟੇ ਕਰਜ਼ਾਈ ਕਿਸਾਨ ਦੇ ਘਰ ਸੀ। ਉਹ ਕਹਿੰਦਾ ਹੁੰਦਾ ਸੀ
ਕਿ ਮੇਰੇ ਨਾਟਕਾਂ ਵਿੱਚ ਮੇਰੇ ਆਪਣੇ ਹੀ ਰੰਗ ਮੰਚ ਉੱਤੇ ਪੇਸ਼ ਹੁੰਦੇ ਦਿਸਦੇ ਨੇ। ਸੋ ਉਹ ਲੜਦੇ ਝਗੜਦੇ ਨੇ ਉਹਦੇ ਪਾਤਰ, ਰੋਂਦੇ ਕਰਲਾਉਂਦੇ ਨੇ, ਰੁੱਸਦੇ ਮੰਨਦੇ ਨੇ, ਲੁੱਟੇ ਖੋਏ ਜਾਂਦੇ ਨੇ, ਮਰਦੇ ਖਪਦੇ ਨੇ। ਔਰ ਉਹ ਕਹਿੰਦਾ ਹੁੰਦਾ ਸੀ ਕਿ ਮੈਂ ਆਪਣੇ ਨਾਟਕਾਂ ਵਿੱਚ ਆਪਣਿਆਂ ਦਾ ਹੀ ਢਿੱਡ ਨੰਗਾ ਕੀਤਾ ਹੈ। ਉਹਦੇ ਪਾਤਰ ਪੇਂਡੂ ਕਿਰਤੀ ਕਿਸਾਨ ਨੇ ਜੋ ਢਿੱਡੋਂ ਬੋਲ ਕੇ ਸੱਚਮੁੱਚ ਆਪਣਾ ਢਿੱਡ ਨੰਗਾ ਕਰਦੇ ਨੇ। ਕਿਹਾ ਜਾਂਦਾ ਹੈ ਕਿ ਜਿਹਦਾ ਢਿੱਡ ਨੰਗਾ ਹੋ ਜਾਵੇ ਉਹਨੂੰ ਫਿਰ ਗਾਲਾਂ ਗੁਲਾਂ ਦੀ ਪਰਵਾਹ ਨਹੀਂ ਹੁੰਦੀ, ਗਾਲਾਂ ਆਪ ਮੁਹਾਰੇ ਹੀ ਨਿਕਲੀ ਜਾਂਦੀਆਂ ਨੇ। ਅੰਦਰ ਦੀ ਭੜਾਸ ਜੂ ਹੋਈ, ਉਹ ਜਿਹੋ ਜਿਹੇ ਅੰਦਰੋਂ ਹੁੰਦੇ ਨੇ ਉਹੋ ਜਿਹੇ ਹੀ ਬਾਹਰੋਂ ਦਿਸਦੇ ਨੇ, ਕੋਈ ਓਲਾ ਨਹੀਂ ਹੁੰਦਾ ਉਹਨਾਂ ਲੋਕਾਂ ਵਿੱਚ। ਔਲਖ ਆਪ ਵੀ ਢਿੱਡੋਂ ਬੋਲਦਾ ਸੀ, ਉਹ ਸਿੱਧਾ ਸਪਸ਼ਟ ਲੇਖਕ ਸੀ ਅਤੇ ਸਿੱਧੀ ਪੱਧਰੀ ਗੱਲ ਕਰਦਾ ਸੀ, ਕੋਈ ਵਲ ਨਹੀਂ ਸੀ, ਕੋਈ ਛਲ ਨਹੀਂ ਸੀ। ਪੰਜਾਬੀ ਨਾਟਕ ਦਾ ਉਹ ਸ਼ੈਕਸਪੀਅਰ ਸੀ। ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿੱਚ ਸਾਰੀ ਉਮਰ ਪੜ੍ਹਾਉਣ ਦੇ ਨਾਲ ਨਾਲ ਕਾਲਜ ਦੇ ਵਿਦਿਆਰਥੀਆਂ ਦੇ ਵਿੱਚ ਨਾਟਕ ਪ੍ਰਤੀ ਅਜਿਹੀ ਖਿੱਚ ਪੈਦਾ ਕੀਤੀ ਕਿ ਉਹਨਾਂ ਦਾ ਨਾਟਕ ਯੂਨੀਵਰਸਿਟੀ ਫੈਸਟੀਵਲ ਦੇ ਵਿੱਚ ਹਰ ਵਾਰ ਅਵਲ ਆਉਂਦਾ ਸੀ, ਕਿਉਂਕਿ ਉਹਨਾਂ ਦੇ ਨਾਟਕ ਜ਼ਿੰਦਗੀ ਦੀ ਬਾਤ ਪਾਉਂਦੇ ਸੀ ਅਤੇ ਇਉਂ ਜਾਪਦਾ ਸੀ ਕਿ ਜਿਵੇਂ ਰੰਗ ਮੰਚ 'ਤੇ ਜ਼ਿੰਦਗੀ ਜਿਉਂਦੀ ਜਾਗਦੀ ਧੜਕ ਰਹੀ ਹੋਵੇ। ਗੁਰਦਿਆਲ ਸਿੰਘ, ਨਾਵਲਿਸਟ ਪ੍ਰੋਫੈਸਰ ਕਰਮਜੀਤ ਸਿੰਘ ਅਤੇ ਪੰਜਾਬੀ ਸਾਹਿਤਕਾਰਾਂ ਦੀ ਨੇਕ ਸਲਾਹ ਨਾਲ ਪ੍ਰੋਫੈਸਰ ਅਜਮੇਰ ਸਿੰਘ ਔਲਖ ਨੇ ਨਾਟਕ ਖੇਤਰ ਨੂੰ ਪੂਰਨ ਰੂਪ ਦੇ ਵਿੱਚ ਅਪਣਾ ਲਿਆ। ਉਹਨਾਂ ਦਾ ਨਾਟਕ ਅਰਬਦ ਅਰਬਦ ਧੁੰਦਕਾਰਾ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਨਾਟਕ ਮੁਕਾਬਲਿਆਂ ਦੇ ਵਿੱਚ ਬਹੁਤ ਜ਼ਿਆਦਾ ਚਰਚਿਤ ਰਿਹਾ, ਜਿਸ ਦਾ ਵਿਸ਼ਾ ਸੀ ਕਿ ਪਿਆਰ ਤੋਂ ਪਹਿਲਾਂ ਰੋਟੀ ਦਾ ਮਸਲਾ ਆਉਂਦਾ ਹੈ ਅਤੇ ਜੋ ਸਭ ਤੋਂ ਵੱਡਾ ਮਸਲਾ ਹੁੰਦਾ ਹੈ। ਸੋ ਦੋਸਤੋ, ਅਜਮੇਰ ਸਿੰਘ ਔਲਖ ਹੋਣਾ ਦਾ ਜੀਵਨ ਬਰਤਾਤ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਪਰ ਇਸ ਰੰਗ ਅਤੇ ਇਸ ਵਕਫੇ ਤੋਂ ਬਾਅਦ। ਪ੍ਰੋਫੈਸਰ ਅਜਮੇਰ ਸਿੰਘ ਔਲਖ 'ਤੇ ਲਿਖੇ ਰੇਖਾ ਚਿੱਤਰ ਵਿੱਚ ਪੰਜਾਬੀ ਦੇ ਸ਼ਾਇਰ ਅਤੇ ਗੀਤਕਾਰ ਅਮਰਦੀਪ ਗਿੱਲ ਨੇ ਲਿਖਿਆ ਹੈ, ਉਸ ਕੋਲ ਅੱਗ ਦੇ ਬੀਜ ਨਹੀਂ ਪਰ ਉਹ ਅੱਗ ਦੀ ਨਹੀਂ ਚਾਨਣ ਦੀ ਖੇਤੀ ਕਰਦਾ ਹੈ। ਉਸਦੇ ਹੱਥ ਉਸਦੇ ਬਲਦ ਹਨ, ਉਸਦੀ ਕਲਮ ਉਸਦਾ ਹੱਲ ਹੈ, ਉਸਦੀ ਸੋਚ ਉਸਦਾ ਪੋਰ ਹੈ ਤੇ ਰੰਗਮੰਚ ਉਸਦਾ ਵਾਹਨ। ਉਸ ਕੋਲ ਅੱਗ ਦੇ ਬੀਜ ਹਨ, ਇਹ ਬੀਜ ਉਸਨੇ ਬਚਪਨ ਵਿੱਚ ਮਲਿਆਂ ਦੇ ਬੇਰਾਂ ਵਾਂਗ ਆਪਣੀ ਝੋਲੀ ਭਰੇ, ਬੇਗਾਨੇ ਪਿੜਾਂ ਚੋਂ ਆਪਣੇ ਦਾਣਿਆਂ ਵਾਂਗ ਹੁੰਝੇ, ਚਿੱਟੇ ਦੰਦਾਂ ਵਾਲੀ ਕਪਾਹ ਦੇ ਉਦਾਸ ਹਾਸਿਆਂ 'ਚੋਂ ਚੁਗੇ, ਉਸਦੇ ਪਿੰਡ ਦੇ ਕੱਚੇ ਰੇਤਲੇ ਤਪਦੇ ਰਾਹਾਂ 'ਚੋਂ ਉਸਦੇ ਨੰਗੇ ਪੈਰਾਂ 'ਚ ਬਚਪਨ ਭਰ ਕੰਡਿਆਂ ਵਾਂਗ ਪੁੜੇ ਇਹ ਬੀਜ, ਜਵਾਨੀ ਵਿੱਚ ਗੁਆਰੇ ਦੀ ਕੰਢ ਵਾਂਗ ਉਸਦੇ ਪਿੰਡੇ 'ਤੇ ਲੜੇ ਇਹ ਬੀਜ, ਜਦੋਂ ਜੰਮਿਆ ਸੀ ਉਦੋਂ ਹੀ ਉਸਦੇ ਖੇਤਾਂ ਵਿੱਚ ਫਸਲ ਨਹੀਂ ਇਹਨਾਂ ਬੀਜਾਂ ਦੇ ਹੀ ਕਰਚੇ ਸਨ। ਅੰਤ ਉਸਨੇ ਇਹਨਾਂ ਬੀਜਾਂ ਦੀ ਧਰਤੀ ਕੁਜੱਡੀ ਪੜਨ ਬਣ ਲਈ, ਹੁਣ ਉਹ ਸਾਡੇ ਜ਼ਹਿਨਾਂ ਦੇ ਕੋਰਿਆਂ 'ਚ ਛਿੱਟਾ ਦਿੰਦਾ ਰਹਿੰਦਾ ਹੈ ਇਹਨਾਂ ਬੀਜਾਂ ਦਾ। ਉਹ ਅੱਗ ਨਾਲ ਚਾਨਣ ਦੀ ਖੇਤੀ ਕਰਦਾ ਹੈ ਸਾਡੇ ਖੇਤਾਂ ਲਈ, ਬੜੀ ਸੁਧਰੀ ਕਿਸਮ ਦੇ ਬੀਜ ਨੇ ਉਸ ਕੋਲ, ਸਾਡੇ ਗਮਲਿਆਂ ਲਈ ਬੜੇ ਫਲਦਾਰ ਪੌਦੇ। ਉਹ ਕਿੰਨੇ ਹੀ ਹੱਥਾਂ ਨਾਲ ਚਾਨਣ ਦੀ ਖੇਤੀ ਕਰਦਾ ਹੈ, ਉਸਦਾ ਹਰ ਪਾਤਰ ਸਾਡੀ ਝੋਲੀ ਜੂ ਨੂੰ ਭਰਦਾ ਹੈ। ਉਹ ਬਗਾਨੇ ਬੋਹੜ ਦੀ ਛਾਂ ਦਾ ਗੱਜਣ ਵੀ ਹੈ, ਪੀਤਾ ਵੀ ਹੈ ਤੇ ਗੇਲਾ ਵੀ। ਉਹ ਇੱਕ ਹੋਰ ਰਮਾਇਣ ਦਾ ਰਾਮ ਵੀ ਹੈ ਤੇ ਲੱਛਾ ਵੀ। ਉਹ ਸੱਤ ਬਗਾਨੇ ਦਾ ਧਰਮਾ ਵੀ ਹੈ, ਕਰਮਾ ਵੀ ਹੈ, ਧਿੰਦੀ ਵੀ ਹੈ ਤੇ ਨਾਰੀ ਵੀ, ਅਰਬਦ ਨਰਬਦ ਧੰਦੂਕਾਰਾ ਵੀ ਉਸਦੇ ਲਹੂ 'ਚ ਤਰਦਾ ਹੈ ਤੇ ਅਵੇਸਲੇ ਯੁੱਧਾਂ ਦੀ ਨਾਇਕਾ ਵੀ। ਉਸਦੇ ਸਾਹਾਂ 'ਚ ਸਾਹ ਲੈਂਦੀ ਹੈ, ਉਹ ਅੰਨੇ ਨਿਸ਼ਾਨ ਜੀ ਨੂੰ ਨਜ਼ਰ ਦਿੰਦਾ ਹੈ, ਹਾਜ਼ੀਆਂ ਨੂੰ ਇਸ਼ਕ ਦੀ ਨਮਾਜ਼ ਪੜ੍ਹਾਉਂਦਾ ਹੈ। ਪੰਜਾਬੀ ਰੰਗਮੰਚ ਦਾ ਉਹ ਧੰਨਾ ਭਗਤ ਧੰਨੇ ਦੀ ਭਗਤੀ ਵਾਂਗ ਹੀ ਹੈ, ਰੰਗਮੰਚ ਨੂੰ ਸਮਰਪਿਤ ਹੈ। ਉਹ ਰੂਹ ਹੈ, ਉਹ ਸੋਚ ਹੈ, ਉਹ ਮਨ ਹੈ, ਤਨ ਨਹੀਂ। ਇਸ ਲਈ ਤਨ ਦੇ ਮਰਦ ਉਸਦਾ ਕੁਝ ਨਹੀਂ ਵਿਗਾੜ ਸਕਦੇ। ਜੋ ਆਪਣੇ ਪਿੰਡ ਵਸਦਾ ਹੁੰਦਾ ਤਾਂ ਇੱਕ ਆਮ ਕਿਸਾਨ ਅਜਮੇਰ ਸਿੰਘ ਹੁੰਦਾ,
ਤੇ ਹੋ ਸਕਦਾ ਸੀ ਹੁਣ ਤੀ ਕੀੜੇ ਮਾਰ ਦਵਾਈ ਪੀ ਕੇ ਆਤਮ ਹੱਤਿਆ ਕਰ ਗਿਆ ਹੁੰਦਾ ਪਰ ਉਹ ਸਿਰਫ ਆਪਣੇ ਪਿੰਡ ਨਹੀਂ ਬਲਕਿ ਸਾਰੀ ਦੁਨੀਆ 'ਚ ਵੱਸਦਾ ਹੈ ਤੇ ਸਾਨੂੰ ਕੀੜੇ ਮਾਰ ਦਵਾਈਆਂ ਦਾ ਤੋੜ ਦੱਸਦਾ ਹੈ ਇਸ ਵਕਫੇ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਔਰ ਅੱਜ ਅਸੀਂ ਪੰਜਾਬੀ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਬਾਰੇ ਚਰਚਾ ਕਰ ਰਹੇ ਹਾਂ ਔਲਖ ਨੇ ਆਪਣੇ ਨਾਟਕਾਂ ਨੂੰ ਪਿੰਡਾਂ ਵਿੱਚ ਲੈ ਕੇ ਜਾਣ ਦੀ ਅਜਿਹੀ ਪਿਰਤ ਪਾਈ ਕਿ ਪਿੰਡਾਂ ਦੇ ਲੋਕ ਉਹਨਾਂ ਦੇ ਨਾਟਕਾਂ ਦੇ ਨਾਲ ਜੁੜ ਜਾਂਦੇ ਕਿਉਂਕਿ ਇਹ ਨਾਟਕ ਉਹਨਾਂ ਦੀਆਂ ਮੁਸੀਬਤਾਂ ਅਤੇ ਉਹਨਾਂ ਦੇ ਔਕੜਾਂ ਦੀ ਬਾਤ ਪਾਉਂਦੇ ਸੀ ਜੋ ਮਾਨਸਾ ਵਰਗੇ ਇਲਾਕੇ ਦੇ ਅਜਮੇਰ ਔਲਖ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਸੀ ਲੋਕ ਹਿੱਤਾਂ ਨੂੰ ਅਰਪਿਤ ਲੋਕ ਕਲਾ ਮੰਚ ਮਾਨਸਾ ਦੀ ਸਥਾਪਨਾ ਅਜਿਹੇ ਮਕਸਦ ਨੂੰ ਲੈ ਕੇ ਕੀਤੀ ਗਈ ਸੀ ਜੀਵਨ ਦੀ ਸਭ ਤੋਂ ਖੂਬਸੂਰਤ ਯਾਦ ਜਿਸਨੇ ਅਜਮੇਰ ਔਲਖ ਨੂੰ ਨਾਟਕਕਾਰ ਵਜੋਂ ਸਥਾਪਿਤ ਕੀਤਾ ਉਹਨਾਂ ਬਾਰੇ ਉਹਨਾਂ ਦਾ ਕਹਿਣਾ ਹੈ ਕਿ 1979 ਵਿੱਚ ਹੁਕਮ ਸਿੰਘ ਪੱਟੀ ਦੀ ਸੰਸਥਾ ਵੱਲੋਂ 3 ਦਿਨਾਂ ਨਾਟਕ ਮੇਲਾ ਟੈਗੋਰ ਥੀਏਟਰ ਚੰਡੀਗੜ੍ਹ ਵਿੱਚ ਕਰਵਾਇਆ ਗਿਆ ਅਤੇ ਸਾਡੇ ਨਾਟਕ ਤੋਂ ਪਹਿਲਾਂ ਹਰਪਾਲ ਟਿਵਾਣਾ ਦਾ ਨਾਟਕ ਸੀ ਜਿਸ ਦਾ ਸੈੱਟ ਬਹੁਤ ਵੱਡਾ ਸੀ ਅਤੇ ਉਸ ਨਾਟਕ ਵਿੱਚ 40 ਅਦਾਕਾਰ ਸਨ ਜੋ ਬਹੁਤ ਹੰਡੇ ਵਰਤੇ ਸੀ ਸਾਡੇ ਮਨ ਵਿੱਚ ਹੀਣ ਭਾਵਨਾ ਅਤੇ ਡਰ ਪੈਦਾ ਹੋ ਗਿਆ ਕਿ ਸਾਡੇ ਕੋਲ ਤਾਂ ਵਾਣ ਦਾ ਮੰਜਾ ਅਤੇ ਖੁੰਡ ਹੈ ਜਿਸ ਨੂੰ ਨਾਟਕ ਲਈ ਸੈੱਟ ਵਜੋਂ ਵਰਤਣਾ ਸੀ ਸਾਡੇ ਕਲਾਕਾਰ ਪਿੰਡਾਂ ਦੇ ਸੀ ਜੋ ਪਹਿਲੀ ਵਾਰ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਨਾਟਕ ਬਿਗਾਨੇ ਬੋਰਡ ਦੀ ਛਾਂ ਖੇਡਣ ਆਏ ਸੀ ਲਓ ਜੀ ਟਿਵਾਣਾ ਦੇ ਨਾਟਕ ਖਤਮ ਹੁੰਦਿਆਂ ਹੀ 10 ਵੱਜ ਗਏ ਅਤੇ ਸਾਡਾ ਨਾਟਕ ਇਸ ਤੋਂ ਬਾਅਦ ਸ਼ੁਰੂ ਹੋਇਆ ਸਾਨੂੰ ਤੌਖਲਾ ਸੀ ਕਿ ਦਰਸ਼ਕ ਬਹੁਤ ਘੱਟ ਰਹਿ ਜਾਣਗੇ ਪਰ ਸਾਡੇ ਨਾਟਕ ਪ੍ਰਤੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਅਤੇ ਉਹਨਾਂ ਵੱਲੋਂ ਮਾਨਸਾ ਦੇ ਇਲਾਕੇ ਦੇ ਕਲਾਕਾਰਾਂ ਨੂੰ ਇੰਨਾ ਜ਼ਿਆਦਾ ਮਾਣ ਦਿੱਤਾ ਗਿਆ ਕਿ ਦੂਸਰੇ ਦਿਨ ਦੀਆਂ ਸਾਰੀਆਂ ਅਖਬਾਰਾਂ ਨੇ ਮੈਨੂੰ ਇੱਕ ਨਾਟਕਕਾਰ ਵਜੋਂ ਸਥਾਪਿਤ ਕਰ ਦਿੱਤਾ ਸਾਨੂੰ ਤਾਂ ਆਪਣੇ ਕਲਾਕਾਰਾਂ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦਾ ਵੀ ਪਤਾ ਨਹੀਂ ਸੀ ਪਰ ਮੇਰੇ ਗੁਰੂ ਪ੍ਰੋਫੈਸਰ ਅਤਰ ਸਿੰਘ ਨੇ ਮੈਨੂੰ ਕਿਹਾ ਕਿ ਆਪਣੇ ਕਲਾਕਾਰਾਂ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰੋ ਜਿੱਥੇ ਦਰਸ਼ਕਾਂ ਨੇ ਖੂਬ ਤਾੜੀਆਂ ਵਜਾ ਕੇ ਹੌਸਲਾ ਅਫਜ਼ਾਈ ਕੀਤੀ ਅਗਲੇ ਦਿਨ ਪੰਜਾਬੀ ਸਾਹਿਤ ਦੇ ਬਾਬਾ ਬੋਰਡ ਪ੍ਰਿੰਸੀਪਲ ਸੰਤ ਸਿੰਘ ਸੇਖੋ ਵੱਲੋਂ ਮਿਲਣ 'ਤੇ ਇਹ ਕਹਿਣਾ ਕਿ ਅਜਮੇਰ ਮੈਂ ਤੇਰਾ ਨਾਟਕ ਵੇਖ ਕੇ ਰੋਣ ਹੀ ਲੱਗ ਪਿਆ ਸੀ ਕਿਉਂਕਿ ਮੇਰੇ ਮਾਂ ਪਿਓ ਅਕਸਰ ਹੀ ਇਸ ਤਰ੍ਹਾਂ ਲੜਿਆ ਕਰਦੇ ਸੀ ਜਿਵੇਂ ਤੂੰ ਨਾਟਕ ਵਿੱਚ ਪੇਸ਼ ਕੀਤਾ ਸੀ ਕਿਸਾਨ ਦੀ ਮੰਦਹਾਲੀ ਅਤੇ ਉਸਦੀ ਬੇਚੈਨ ਜ਼ਿੰਦਗੀ ਦੀ ਪੇਸ਼ਕਾਰੀ ਸਦਕਾ ਤੂੰ ਹੁਣ ਉੱਤਮ ਨਾਟਕਕਾਰ ਬਣ ਗਿਆ ਅਤੇ ਸੰਤ ਸਿੰਘ ਸੇਖੋ ਦੀਆਂ ਗੱਲਾਂ ਸੁਣ ਕੇ ਔਲਖ ਆਖਦਾ ਕਿ ਸੇਖੋ ਦੇ ਬੋਲਕ ਔਲਖ ਲਈ ਸਭ ਤੋਂ ਵੱਡਾ ਸਨਮਾਨ ਸੀ ਸੋ ਔਲਖ ਸਾਹਿਬ ਦੇ ਜੀਵਨ ਸਫ਼ਰ ਦੀ ਅਗਲੀ ਕਹਾਣੀ ਵੀ ਸਾਂਝੀ ਕਰਦੇ ਹਾਂ ਪਰ ਇਸ ਰੰਗ ਤੋਂ ਬਾਅਦ ਅਜਮੇਰ ਸਿੰਘ ਔਲਖ ਦੀਆਂ ਪੇਸ਼ਕਾਰੀਆਂ ਨੂੰ ਅਨਪੜ੍ਹ ਪੇਂਡੂ ਲੋਕ ਵਰ੍ਹਿਆਂ ਤੱਕ ਆਪਣੇ ਚੇਤਿਆਂ ਵਿੱਚ ਵਸਾਈ ਰੱਖਦੇ ਹਨ ਆਪਣੀ ਜਾਂ ਆਪਣੇ ਵਰਗੇ ਲੋਕਾਂ ਦੁੱਖਾਂ ਦਰਦਾਂ ਦੀ ਗਾਥਾ ਸੁਣ ਕੇ ਕਿਰਤੀ ਕਿਸਾਨ ਕੀਲੇ ਜਾਂਦੇ ਹਨ ਪ੍ਰੋਫੈਸਰ ਔਲਖ ਦੀ ਨਾਟਕੀ ਅਤੇ ਰੰਗਮੰਚੀ ਕਲਾਮਈ ਪ੍ਰਤਿਭਾ ਇਸ ਗੱਲ ਵਿੱਚ ਹੈ ਕਿ ਉਸਦੇ ਨਾਟਕ ਅਨਪੜ੍ਹ ਪੇਂਡੂ ਦਰਸ਼ਕਾਂ ਤੋਂ ਲੈ ਕੇ ਪੜ੍ਹੇ ਲਿਖੇ ਗੰਭੀਰ ਦਰਸ਼ਕ ਵਰਗ ਤੱਕ ਡੂੰਘਾ ਪ੍ਰਭਾਵ ਪਾਉਂਦੇ ਹਨ
ਪਿਆਰੇ ਦਰਸ਼ਕੋ, ਅੱਜ ਅਸੀਂ ਪੰਜਾਬੀ ਦੇ ਅਜ਼ੀਮ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਬਾਰੇ ਗੱਲਬਾਤ ਕਰ ਰਹੇ ਹਾਂ। ਅਜਮੇਰ ਸਿੰਘ ਔਲਖ ਦਾ ਸਾਰਾ ਪਰਿਵਾਰ ਹੀ ਨਾਟਕ ਕਲਾ ਦੇ ਨਾਲ ਜੁੜਿਆ ਹੋਇਆ ਹੈ। ਉਸ ਦੀ ਪਤਨੀ ਮਨਜੀਤ ਕੌਰ, ਧੀਆਂ ਸੁਪਨਦੀਪ ਕੌਰ ਜੋ ਕਿ ਮਾਨਸਾ ਕਾਲਜ ਵਿੱਚ ਪੰਜਾਬੀ ਦੀ ਪ੍ਰੋਫੈਸਰ ਹੈ, ਸੋਹਜਦੀਪ ਕੌਰ ਅਤੇ ਅਜਮੀਤ ਕੌਰ ਜੋ ਕਿ ਮਾਨਸਾ ਕਾਲਜ ਵਿੱਚ ਹਿਸਟਰੀ ਦੀ ਪ੍ਰੋਫੈਸਰ ਹੈ, ਇਹ ਧੀਆਂ ਥੀਏਟਰ ਦੇ ਨਾਲ ਜੁੜੀਆਂ ਹੋਈਆਂ ਨੇ। ਵੱਡੀ ਲੜਕੀ ਸੁਪਨਦੀਪ ਕੌਰ ਜਿਹੜੀ ਕਿ ਥੀਏਟਰ ਦੇ ਨਾਲ ਜੁੜੇ ਹੋਏ ਮਨਜੀਤ ਚਾਹਲ ਦੇ ਨਾਲ ਵਿਆਹੀ ਹੋਈ ਹੈ। ਫਿਰ ਉਸ ਤੋਂ ਬਾਅਦ ਸੋਹਜਦੀਪ ਕੌਰ ਉੱਗੇ ਗਾਇਕ ਗੁਰਵਿੰਦਰ ਬਰਾੜ ਦੇ ਨਾਲ ਵਿਆਹੀ ਹੋਈ ਹੈ, ਅਤੇ ਸਭ ਤੋਂ ਛੋਟੀ ਅਜਮੀਤ ਕੌਰ ਥੀਏਟਰ ਨਾਲ ਜੁੜੇ ਸੁਭਾਸ਼ ਬਿੱਟੂ ਨਾਲ ਵਿਆਹੀ ਹੋਈ ਹੈ। ਪਿਆਰੇ ਦਰਸ਼ਕੋ, ਅਜਮੇਰ ਸਿੰਘ ਔਲਖ ਨਿੱਕੇ ਸੂਰਜਾਂ ਦੀ ਵੱਡਿਆਂ ਵਿਰੁੱਧ ਲੜਾਈ 'ਚ ਨਿੱਕੇ ਸੂਰਜਾਂ ਦਾ ਸਾਥੀ ਸੀ, ਇਸ ਲਈ ਉਸਨੂੰ ਦੱਬੇ ਕੁਚਲੇ ਲੋਕਾਂ ਦਾ ਲੋਕ ਨਾਟਕਕਾਰ ਕਿਹਾ ਜਾਂਦਾ ਸੀ। ਕੋਈ ਉਸਨੂੰ ਬਗਾਨੇ ਬੋਰਡ ਦੀ ਛਾਂ ਵਾਲਾ ਅਜਮੇਰ ਔਲਖ ਆਖਦਾ ਹੈ, ਅਤੇ ਕੋਈ ਉਹਨੂੰ ਨਾਟਕ ਸੱਤ ਬਗਾਨੇ ਬੋਰਡ ਵਾਲਾ ਔਲਖ, ਕੋਈ ਲੋਕ ਕਲਾ ਮੰਚ ਮਾਨਸੇ ਵਾਲਾ ਪ੍ਰੋਫੈਸਰ ਅਜਮੇਰ ਸਿੰਘ ਔਲਖ ਆਖਦਾ ਹੈ। ਇੱਕ ਆਦਰਸ਼ ਅਧਿਆਪਕ ਹੋਣ ਦੇ ਨਾਲ ਨਾਲ ਇੱਕ ਪ੍ਰਤਿਬੱਧ ਨਾਟਕਕਾਰ, ਇੱਕ ਨਾਟ ਨਿਰਦੇਸ਼ਕ ਅਤੇ ਰੰਗ ਕਰਮੀ ਹੋਣਾ ਆਪਣੇ ਆਪ ਵਿੱਚ ਔਲਖ ਦੀ ਇੱਕ ਜ਼ਿਕਰਯੋਗ ਪ੍ਰਾਪਤੀ ਹੈ, ਔਰ ਸਹੀ ਅਰਥਾਂ ਵਿੱਚ ਉਹ ਇੱਕ ਨਿਰਵਿਵਾਦ ਸ਼ਖਸੀਅਤ ਸੀ। ਨਾ ਹੀ ਤਾਂ ਉਸਦਾ ਹੋਰਨਾਂ ਨਾਟਕਕਾਰਾਂ ਦੇ ਨਾਲ ਕੋਈ ਵੈਰ ਵਿਰੋਧ ਸੀ, ਅਤੇ ਨਾ ਹੀ ਕਿਸੇ ਹੋਰ ਨਾਟਕਕਾਰ ਉਹਦਾ ਕੋਈ ਸ਼ਰੀਕ ਸੀ। ਉਹ ਇੱਕ ਸੱਚਾ ਕਰਮਯੋਗੀ ਸੀ, ਆਪਣੀ ਧੁਨ ਦਾ ਸ਼ਾਹ ਸਵਾਰ। ਅਜਮੇਰ ਔਲਖ ਨੇ ਜਿੱਥੇ ਆਪਣੇ ਅਧਿਆਪਨ ਕਾਰਜ ਦੌਰਾਨ ਆਪਣੇ ਵਿਦਿਆਰਥੀਆਂ ਨੂੰ ਸਾਹਿਤ ਕਲਾ ਨਾਲ ਡੂੰਘੇ ਰੂਪ ਵਿੱਚ ਜੋੜਿਆ, ਉੱਥੇ ਨਾਲ ਦੇ ਨਾਲ ਕਲਾ ਦੀ ਸਮਾਜਿਕ ਜੀਵਨ ਵਿੱਚ ਕੀ ਭੂਮਿਕਾ ਹੋਣੀ ਚਾਹੀਦੀ ਹੈ, ਇਸ ਸੰਸੇ ਅਤੇ ਫਿਕਰ ਨਾਲ ਵੀ ਜੋੜਦਿਆਂ ਨਾਟਕ ਵਰਗੀ ਇੱਕ ਸ਼ਕਤੀਸ਼ਾਲੀ ਵਿਧਾ ਨੂੰ ਅਪਣਾਉਣ ਦਾ ਝੰਡਾ ਬਰਦਾਰ ਵੀ ਬਣਿਆ ਰਿਹਾ। ਪਿਆਰੇ ਦਰਸ਼ਕੋ, ਸੇਵਾ ਮੁਕਤੀ ਤੋਂ ਬਾਅਦ ਉਸਨੇ ਆਪਣਾ ਕੁੱਲ ਸਮਾਂ ਨਾਟਕਾਂ ਨੂੰ ਸਮਰਪਿਤ ਕਰ ਦਿੱਤਾ। ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਪੰਜਾਬੀ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਦਾ ਉਹ ਸਰਗਰਮ ਮੈਂਬਰ ਵੀ ਰਿਹਾ, ਔਰ ਪੰਜਾਬ ਜਮਹੂਰੀ ਅਧਿਕਾਰ ਸਭਾ ਦਾ ਪ੍ਰਧਾਨ ਵੀ ਰਿਹਾ। ਉਹ ਪੰਜਾਬੀ ਨਾਟਕ ਅਤੇ ਪੇਂਡੂ ਰੰਗਮੰਚ ਦਾ ਇੱਕ ਜੁਝਾਰੂ ਯੋਧਾ ਸੀ ਜੋ ਆਪਣੇ ਅੰਤਲੇ ਸਾਹ ਤੱਕ ਜੂਝਦਾ ਰਿਹਾ। ਉਹ ਮਰ ਕੇ ਵੀ ਜਿਉਂਦਾ ਰਹੇਗਾ। ਨਾਟਕ ਅਤੇ ਰੰਗਮੰਚ ਦੇ ਇਸ ਸੰਗਰਾਮੀਏ ਨੂੰ ਸਾਡਾ ਸਦੀਵੀ ਸਲਾਮ ਹੈ। ਸੋ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਦੋਸਤੋ, ਇਹਨੇ ਨਾਲ ਹੀ ਮੈਨੂੰ ਦਿਓ ਆਗਿਆ, ਖੁਸ਼ ਰਹੋ, ਆਬਾਦ ਰਹੋ ਅਤੇ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਔਲਖ ਸਾਹਿਬ, ਤੁਸੀਂ ਆਪਦੇ ਨਾਟਕਾਂ ਦੇ ਵਿੱਚ ਨਿਮਨ ਕਿਸਾਨੀ ਦੀ ਗੱਲ ਕੀਤੀ ਹੈ, ਕਿਸਾਨ ਮਜ਼ਦੂਰਾਂ ਦੀ ਗੱਲ ਕੀਤੀ ਹੈ, ਸੋ ਜਿਹੜੇ ਉਹਨਾਂ ਦੇ ਦਰਦ ਨੇ ਉਹਨਾਂ ਨੂੰ ਸਟੇਜ ਰਾਹੀਂ ਫਰਮਾਇਆ ਔਰ ਉਹਨਾਂ ਦੇ ਹਿਰਦਿਆਂ ਦੇ ਨੇੜੇ ਲੈ ਕੇ ਗਏ ਹੋ, ਤੁਸੀਂ ਇੱਕ ਲੋਕ ਨਾਇਕ ਦੇ ਤੌਰ 'ਤੇ ਉੱਭਰੇ ਹੋ, ਅਤੇ ਉਹੀ ਲੋਕ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਹੈ, ਤੁਸੀਂ ਬਾਤ ਪਾਈ ਹੈ, ਉਹ ਤੁਹਾਨੂੰ 1 ਮਾਰਚ 2015 ਨੂੰ ਇੱਕ ਵਿਸ਼ਾਲ ਜਨ ਸਮੂਹ ਦੇ ਵਿੱਚ ਇਕੱਠੇ ਹੋ ਕੇ ਇੱਕ ਵਹੀਰਾ ਕੱਤ ਕੇ ਰੱਲੇ ਵੱਲ ਆ ਰਹੇ ਨੇ ਤੁਹਾਨੂੰ ਸਨਮਾਨ ਦੇਣ, ਤੁਸੀਂ ਇਸ ਮੌਕੇ 'ਤੇ ਤੁਹਾਡੇ ਮਨ ਦੇ ਜਜ਼ਬਾਤ ਉਹ ਜਿਹੜੇ ਹੈਗੇ ਆ ਸਾਂਝੇ ਕਰੋ ਸਾਡੇ ਨਾਲ। ਘੋੜੀਆ ਸਾਹਿਬ, ਇਹੋ ਜਿਹੇ ਸਲਵਾਰ ਜਦੋਂ ਤਾਂ ਦੂਜੇ ਸਲਵਾਰ ਹੁੰਦੇ ਆ ਨਾ, ਉਦੋਂ ਤਾਂ ਖੁਸ਼ ਆਏ ਹੁੰਦੇ ਹਾਂ, ਜਿਵੇਂ ਕੋਈ ਸਾਹਿਤਕਾਰ ਵੀ ਤਾਂ ਮਿਲ ਗਿਆ, ਹੋਰ ਹੋ ਗਿਆ, ਉਦੋਂ ਤਾਂ ਦੇ ਰਹੇ ਵੀ ਯਾਰ ਆ ਫਲਾਣੇ ਨੂੰ ਮਿਲਿਆ ਸੀ, ਮੈਨੂੰ ਵੀ ਮਿਲ ਗਿਆ, ਹੈ ਇਹਦੇ ਵਿੱਚ ਪੈਸੇ ਹੈ ਜਿਹੜੇ, ਲੇਕਿਨ ਇਹੋ ਜਿਹੇ ਸਲਵਾਰ ਨੇ ਜਿਹੜੇ ਇਹਨੇ ਦੇਰ ਵੇਲੇ ਉਦੋਂ ਅੱਖਾਂ 'ਚ ਹੰਝੂ ਆ ਜਾਂਦੇ ਨੇ। ਵਾਸੀ ਹੋ ਜਾਂਦਾ ਵੀ ਮੇਰੇ ਲੋਕ ਕਿੰਨੇ ਮਹਾਨ ਨੇ, ਉਹਨਾਂ ਦੀ ਖਾਤਰ ਮੈਂ ਆਪਣੇ ਨਾਟਕ 'ਚ ਇੰਨਾ ਤਾਂ ਨਹੀਂ ਕੀਤਾ, ਲੇਕਿਨ ਉਦੋਂ ਕਿਤੇ ਵੱਧ ਮੇਰੇ ਵਾਸਤੇ ਕਰ ਰਹੇ ਨੇ। 2008 ਦੇ ਵਿੱਚ ਜਦੋਂ ਮੈਨੂੰ ਕੈਂਸਰ ਦੀ ਬਿਮਾਰੀ ਲੱਗੀ ਅਤੇ ਮੈਂ ਰਾਜੀਵ ਗਾਂਧੀ ਕੈਂਸਰ ਹਸਪਤਾਲ ਦੇ ਵਿੱਚ ਦਿੱਲੀ 'ਚ ਹਲੇ ਗਿਆ ਹੀ ਸੀ, ਤਾਂ ਮੇਰੇ ਮਗਰ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਜਿਹੜੇ ਜਥੇਬੰਦੀਆਂ ਦੇ ਪ੍ਰਤੀਨਿਧ ਸੀਗੇ, ਰੁਪਈਆ ਦਾ ਝੋਲਾ ਭਰ ਕੇ ਲੈ ਗਏ ਔਰ ਮੈਨੂੰ ਕਿਹਾ ਕਿ ਵੀ ਤੁਸੀਂ ਇਹ ਗੱਲ ਦਿਮਾਗ 'ਚ ਬਿਲਕੁਲ ਬੋਝ ਨਾ ਪਾਇਓ ਵੀ ਪੈਸਾ ਦੀ ਜਾਂ ਹੋਰ ਦੀ ਹੈ, ਅਤੇ ਉਸ ਵਕਤ ਮੈਂ
ਉਹ ਜਿਹੜਾ ਆਈ ਸੀ ਯੂ ਕੀਰਤਾ ਉਹਦੇ ਵਿੱਚ ਪਿਆ ਸੀਗਾ ਜਦੋਂ ਦੋਸਤ ਮੇਰੇ ਅੱਖਾਂ ਦੇ ਵਿੱਚ ਹੰਝੂ ਆਇਆ ਔਰ ਮੈਂ ਉੱਥੇ ਬੈਠੇ ਬੈਠੇ ਮੰਜੇ 'ਤੇ ਪਏ ਪਏ ਅਤੇ ਇੱਕ ਕਵਿਤਾ ਲਿਖੀ ਸੀ ਵੀ ਤੁਸੀਂ ਬੜੇ ਮਹਾਨ ਹੋ ਲੋਕੋ ਜਿਹੜੇ ਆਪਣੇ ਇੱਕ ਕਲਾਕਾਰ ਨੂੰ ਮੈਂ ਤਾਂ ਆਪਣੇ ਨਾਟਕਾਂ 'ਚ ਇੱਕ ਮੈਂ ਕਵਿਤਾ ਵੀ ਲਿਖੀ ਸੀ ਵੀ ਮੈਂ ਤਾਂ ਆਪਣੇ ਪਰਿਵਾਰ ਦੀਆਂ ਗੱਲਾਂ ਕਰਕੇ ਕਿਸਾਨੀ ਦੀਆਂ ਗੱਲਾਂ ਕਰੀਆਂ ਮੈਂ ਤਾਂ ਆਪਣੇ ਪਰਿਵਾਰ ਦੇ ਦੁੱਖ ਹੀ ਲਿਖੇ ਸੀਗੇ ਸੋ ਜਿਹੜੇ ਉਹ ਸਾਡੇ ਅਤੇ ਤੁਸੀਂ ਆਪਦੇ ਦੁੱਖ ਸਮਝਿਆ ਮੈਨੂੰ ਆਪਦਾ ਨਾਟਕਕਾਰ ਸਮਝਿਆ ਤੁਹਾਡੇ ਵਰਗਾ ਕੋਈ ਮਹਾਨ ਨਹੀਂ ਹੋ ਸਕਦਾ ਤੋ ਜਜ਼ਬਾਤੀ ਆਪਣੇ ਆਪ ਨੂੰ ਭਾਗਾ ਨਾ ਸਮਝਣਾ ਵੀ ਉਹ ਇਹੋ ਜਿਹਾ ਮੈਂ ਚਾਹੁੰਦਾ ਵੀ ਮੈਂ ਲੋਕਾਂ ਦੂਜੇ ਲੇਖਕਾਂ ਤੋਂ ਵੀ ਆਸ ਕਰਦਾ ਵੀ ਦੋਸਤੋ ਲੋਕਾਂ ਨੇ ਹੀ ਕਰੋ ਕੁਛ ਨਾ ਕੁਝ ਜੇ ਤੁਹਾਨੂੰ ਲਿਖਣ ਦੀ ਕਲਾ ਪਰਮਾਤਮਾ ਨੇ ਦਿੱਤੀ ਹੈ ਜਾਂ ਕੁਦਰਤ ਨੇ ਦਿੱਤੀ ਹੈ ਤਾਂ ਉਹਨੂੰ ਤੁਸੀਂ ਲੋਕਾਂ ਦੇ ਰਹਿਣ ਲਈ ਵਰਤੋ ਅਤੇ ਲੋਕ ਤੁਹਾਨੂੰ ਆਪਣੇ ਆਪ ਜਿਹੜਾ ਹੱਥਾਂ 'ਤੇ ਚੁੱਕਦੇ ਨੇ ਤੋ ਉਸ ਕੰਨ ਨਾਲ ਉਦੋਂ ਮੈਨੂੰ ਐਂ ਹੋਇਆ ਜਦੋਂ ਕੈਂਸਰ 'ਚ ਲਿਬੜਿਆ ਸੀ ਮੈਂ ਉਸ ਕਵਿਤਾ ਵੀ ਹੁਣ ਮੈਂ ਮਰਦਾ ਨਹੀਂ ਮੈਂ ਕੁਛ ਹੋ ਜਾਵੇ ਮੇਰਾ ਇੰਨਾ ਮੈਨੂੰ ਤਾਕਤ ਮਿਲੀ ਮਾਨਸਿਕ ਤੌਰ 'ਤੇ ਅਤੇ ਇਸ ਤੋਂ ਇੰਨੇ ਹੋਣ ਦੇ ਬਾਵਜੂਦ ਜੇ ਮਰ ਜਾਵਾਂਗੇ ਮਰਨਾ ਕਿਹਨੇ ਨਹੀਂ ਹੈ ਤਾਂ ਜਿਹਨੂੰ ਇੰਨਾ ਪਿਆਰ ਕਰਦੇ ਉਹਦੇ ਲੋਕ ਲੇਖਕ ਨੂੰ ਹੋਰ ਉਹ ਇੰਨੂੰ ਵੱਧ ਕੀ ਭਰ ਸਕਦਾ ਬੜੇ ਮਹਾਨ ਨੇ ਸਾਡੇ ਜਿਹੜੇ ਲੋਕ ਨੇ ਅਤੇ ਇਹਨਾਂ ਦੀ ਹੁਣ ਮੇਰੀ ਸਮਾਂ ਇਹ ਹੈ ਵੀ ਮੇਰੇ ਅੰਦਰ ਹੋਰ ਸੱਚੀ ਮੁੱਚੀ ਦੀ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਵੀ ਜਿੰਨਾ ਕੁਛ ਕਰ ਸਕਦਾ ਇੰਨਾ ਖਾਤਰ ਹੀ ਕਰਨ ਲੋਕਾਂ ਖਾਤਰ ਹੀ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਲੋਕਾਂ ਦਾ